ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਥਿੰਕ ਆਮ ਨੋਟ ਲਾਈਵ ਯੈਟ। ਹਾਂਜੀ, ਹਾਲੇ ਆਡੀਅੰਸ ਨਹੀਂ ਸਾਡੇ ਨਾਲ ਜੁੜੀ ਆ। ਹੈਲੋ ਹੈਲੋ ਹੈਲੋ, you are live, okay, we are building an audience for you. Sat Sri Akal ji, Sunny Bedi, Sambal, Jas Sudi, Sat Sri Akal ji saryan nu, Lucky Khotra, Parvinder Vuraj, Jasveer Singh Bittu, Sat Sri Akal ji, Freshi Sunny, Sukha Nello Waliya, ਮੋਹਿਤ ਤਿਵਾਰੀ, ਹਾਈ ਮੋਹਿਤ, ਜਗਮੀਤ, ਅੱਛਾ ਵੈਂਡਰ, ਇਹਨਾਂ ਨੇ ਲਾਈਵ ਸ਼ੇਅਰ ਕੀਤਾ। ਓਕੇ ਜੀ, ਸ਼ਹਿਬਾਜ਼ ਸਿੰਘ ਕਿਵੇਂ ਹੋ ਜੀ? ਬਹੁਤ ਵਧੀਆ ਜੀ। ਔਰ ਅੱਜ ਇੱਥੇ ਮੋਹਿਤ ਤਿਵਾਰੀ, ਗੁੱਡ ਲੱਕ ਸਿਸ, ਥੈਂਕ ਯੂ। ਬਿਲਕੁਲ ਬਹੁਤ ਵਧੀਆ ਜੀ। ਅੱਜ ਆਪਾਂ ਗੱਲਾਂ ਬਾਤਾਂ ਕਰਨ ਆਏ ਹਾਂ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਇਨਫੋਰਮ ਕਰਨ ਆਈ ਹਾਂ ਕਿ ਕੱਲ੍ਹ ਨੂੰ PTC ਪੰਜਾਬੀ, PTC ਚੱਕ ਦੇ ਔਰ YouTube 'ਤੇ 1:30 ਵਜੇ ਗਾਣਾ ਓਪਨ ਹੋ ਜਾਏਗਾ ਜੀ। ਗਾਣਾ ਔਨ ਏਅਰ ਹੋ ਜਾਏਗਾ, ਤੁਸੀਂ ਦੇਖ ਸਕਦੇ ਹੋ ਔਰ ਦੱਸਿਓ ਕਿ ਕਿੱਦਾਂ ਦਾ ਲੱਗਿਆ। ਰੋਮਨ ਭੋਲਾ ਪੰਜਾਬ ਦੀ ਘੈਂਟ ਕੁੜੀ, ਥੈਂਕ ਯੂ ਜੀ। ਸਾਗਰ ਕੀ ਸੈਣੀ, ਥੋੜ੍ਹਾ ਲਾਊਡ ਬੋਲੋ। ਓਕੇ ਜੀ, ਥੋੜ੍ਹਾ ਲਾਊਡ ਬੋਲਦੇ ਹਾਂ, ਹਾਈ ਨੋਟਸ 'ਤੇ ਬੋਲਦੇ ਹਾਂ ਥੋੜ੍ਹਾ ਜਿਹਾ। ਅੱਜ ਮੇਰੀ ਅੱਜ ਥੋੜ੍ਹਾ ਜਿਹਾ ਜ਼ਿਆਦਾ ਬਿਜ਼ੀ ਹੋਣ ਕਰਕੇ ਥੋੜ੍ਹੀ ਜਿਹੀ ਅੱਜ ਐਨਰਜੀ ਡਾਊਨ ਹੈ ਜੀ, ਕਿਉਂਕਿ ਕੱਲ੍ਹ ਨੂੰ ਗਾਣਾ ਰਿਲੀਜ਼ ਹੋਣਾ, ਸੋ ਥੋੜ੍ਹੀ ਬਚਾ ਕੇ ਰੱਖੀ ਹੋਈ ਆ। ਅਤੇ ਸ਼ਾਬੀ ਬਾਜਵਾ, ਗੁੱਡ ਲੱਕ ਜੀ, ਥੈਂਕ ਯੂ। ਹਾਂਜੀ, ਮੈਂ ਸਾਰਿਆਂ ਨੂੰ ਦੱਸਦਾ ਕਿ ਕੱਲ੍ਹ ਨੂੰ 1:30 ਵਜੇ, ਦੁਪਹਿਰੇ 1:30 ਵਜੇ PTC ਪੰਜਾਬੀ, PTC ਚੱਕ ਦੇ ਔਰ YouTube 'ਤੇ ਜਿਹੜੀ ਵੀਡੀਓ ਹੈਗੀ ਆ ਉਹ ਤੁਸੀਂ ਦੇਖ ਸਕਦੇ ਹੋ। ਆਡੀਓ ਆਈਟਿਊਨ 'ਤੇ ਤੁਸੀਂ ਓਰੀਜਨਲ ਡਾਊਨਲੋਡ ਕਰ ਸਕਦੇ ਹੋ। ਇਹਦੇ ਨਾਲ ਨਾਲ ਆਈਟਿਊਨਸ ਤੋਂ ਇਲਾਵਾ ਤੁਸੀਂ ਕੋਸ਼ਿਸ਼ ਕਰਿਆ ਕਰੋ ਐਕਚੁਅਲੀ ਕਿ ਕੋਈ ਵੀ ਗਾਣਾ ਰਿਲੀਜ਼ ਹੁੰਦਾ ਭਾਵੇਂ ਉਹ ਮੇਰਾ ਜਾਂ ਕਿਸੇ ਹੋਰ ਦਾ ਵੀ ਆ, ਤਾਂ ਤੁਸੀਂ ਓਰੀਜਨਲ ਡਾਊਨਲੋਡ ਕਰਿਆ ਕਰੋ, ਅਵੋਇਡ ਕਰਿਆ ਕਰੋ। ਆ ਜਿਹੜੀ ਫੇਕ ਸਾਈਟਸ 'ਤੇ ਜਿਹਨੇ ਪਾਇਰੇਟਿਡ ਸਾਈਟਸ ਹੈਗੀਆਂ, ਇਹਨਾਂ ਨੂੰ ਅਵੋਇਡ ਕਰਿਆ ਕਰੋ ਔਰ ਤੁਸੀਂ ਓਰੀਜਨਲ ਗਾਣਾ ਸੁਣ ਸਕਦੇ ਹੋ। ਆਈਟਿਊਨਸ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਅਮਨ ਬਾਜਵਾ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਜੀ, ਬਿਲਕੁਲ ਠੀਕ ਠਾਕ। ਦੀਪ ਖੈਰਾ, ਦੀ ਮੈਂ ਇੱਕ ਰਾਈਟਰ ਹਾਂ, ਪਲੀਜ਼ ਮੇਰਾ ਵੀ ਸੌਂਗ ਕਰ ਲਓ। ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਸੌਂਗਸ, ਜਿੰਨੇ ਵੀ ਰਾਈਟਰਸ ਮੈਨੂੰ ਮੈਸੇਜ ਕਰਦੇ ਆ ਇਨਬੋਕਸ ਮੈਸੇਜ, ਕਿਉਂਕਿ ਮੈਸੇਜ ਸਾਰੇ ਨਹੀਂ ਤਾਂ ਨਹੀਂ ਪੜ੍ਹੇ ਨਹੀਂ ਜਾਂਦੇ ਸਾਰੇ, ਅਤੇ ਜਿੰਨੇ ਵੀ ਮੈਨੂੰ ਮੈਸੇਜ ਕਰਦੇ ਆ ਜਿਨ੍ਹਾਂ ਨੇ ਸੌਂਗਸ ਦੇਣੇ ਆ, ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ। ਈਮੇਲ ਸਾਨੂੰ ਤੁਹਾਨੂੰ ਰਿਪਲਾਈ ਕਰਨਾ, ਜਵਾਬ ਦੇਣਾ ਸੌਖਾ ਹੋ ਜਾਂਦਾ। ਜੇ ਗਾਣਾ ਪਸੰਦ ਆਉਂਦਾ ਤਾਂ ਅਸੀਂ ਜ਼ਰੂਰ ਰਿਕਾਰਡ ਕਰਾਂਗੇ, ਅਗਰ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਜਵਾਬ ਵੀ ਦੇ ਸਕਦੇ ਹਾਂ ਕਿ ਹਾਂਜੀ ਇਹ ਗਾਣਾ ਅਸੀਂ ਨਹੀਂ ਕਰ ਸਕਦੇ। ਤਾਂ ਦੋਨੇ ਪਾਸਿਓਂ ਈਜ਼ੀ ਹੋ ਜਾਂਦਾ ਥੋੜ੍ਹਾ ਜਿਹਾ ਤੁਹਾਨੂੰ ਜਵਾਬ ਮਿਲਣਾ। ਹਾਂਜੀ, ਜੈਸ ਅਮਰਾ ਜੀ ਕਹਿ ਰਹੇ ਕਿ ਐਨਰਜੀ ਲੈ ਕੇ ਆਓ, ਤੁਹਾਡੀ ਸਪੋਰਟ ਲਈ ਸਾਡੀ ਐਨਰਜੀ ਆਲਵੇਜ਼ ਕਾਇਮ ਹੁੰਦੀ ਆ। ਬਿਲਕੁਲ ਜੀ, ਅਸੀਂ ਆਪਣਾ ਕੰਮ ਕਰ ਚੁੱਕੇ ਹਾਂ ਜੀ, ਅਸੀਂ ਆਡੀਓ ਬਣਾ ਲਈ ਆ, ਵੀਡੀਓ ਵੀ ਬਣਾ ਲਈ ਆ, ਸਾਰਾ ਕੁਛ ਰੈਡੀ ਕਰਕੇ ਤੁਹਾਡੇ ਅੱਗੇ ਕੱਲ੍ਹ ਨੂੰ ਇੱਦਾਂ ਰੱਖ ਦੇਣਾ ਜੀ ਗਾਣਾ। ਅਤੇ ਇਹ ਤੁਸੀਂ ਦੱਸਣਾ ਹੁਣ ਐਨਰਜੀ ਤਾਂ ਤੁਹਾਡੀ ਚਾਹੀਦੀ ਆ ਕਿ ਗਾਣਾ ਕਿੱਦਾਂ ਦਾ ਹੈਗਾ, ਇਹ ਰਿਸਪੋਂਸ ਤੁਸੀਂ ਦੇਣਾ ਜੀ, ਫੀਡਬੈਕ ਕਿਵੇਂ ਦਾ ਲੱਗਿਆ, ਕਿਵੇਂ ਦਾ ਤੁਹਾਨੂੰ ਆਡੀਓ ਵੀਡੀਓ ਦੋਨੋਂ, ਕਿਉਂਕਿ ਇੱਕ ਆਰਟਿਸਟ ਤਾਂ ਆਪਣੇ ਵੱਲੋਂ ਮਿਹਨਤ ਕਰ ਸਕਦਾ, ਮਿਹਨਤ ਕੀਤੀ ਆ, ਅਤੇ ਉਮੀਦ ਹੈ ਤੁਹਾਨੂੰ ਸਪੈਸ਼ਲੀ ਆਡੀਓ 'ਤੇ ਬੜੀ ਮਿਹਨਤ ਕੀਤੀ ਆ, ਬਹੁਤ ਮਿਹਨਤ ਕੀਤੀ ਹੈ ਜੀ ਆਡੀਓ 'ਤੇ ਸੱਚੀ। ਇਸ ਕਰਕੇ ਤੁਸੀਂ
ਦੀਪ ਜੰਡੂ ਉਹਨਾਂ ਨੇ ਮਿਊਜ਼ਿਕ ਕੀਤਾ ਬਹੁਤ ਸਾਨੂੰ 7-8 ਮਹੀਨੇ ਲੱਗ ਗਏ ਜੀ ਇਸ ਆਡੀਓ ਨੂੰ ਬਣਾਉਣ ਦੇ ਵਿੱਚ, ਜ਼ਿਆਦਾ ਹੀ ਲੱਗ ਗਏ ਹੋਣਗੇ, 10 ਕੁ ਮਹੀਨੇ ਲੱਗ ਗਏ ਹੋਣਗੇ। ਅਤੇ ਬਾਕੀ ਤੁਸੀਂ ਦੱਸੋਗੇ ਕਿ ਕਿੱਦਾਂ ਦਾ ਤੁਹਾਨੂੰ ਲੱਗਿਆ। ਪਰ ਮੈਂ ਇਸ ਗੱਲੋਂ ਸ਼ਿਓਰ ਹਾਂ ਕਿ ਹਰ ਵਾਰ ਦੀ ਤਰ੍ਹਾਂ ਕੁਛ ਨਵਾਂ ਹੋਊਗਾ, ਚਾਹੇ ਵੀਡੀਓ ਹੋਏ ਚਾਹੇ ਉਹ ਆਡੀਓ ਹੋਏ, ਤੁਹਾਨੂੰ ਕੁਛ ਨਾ ਕੁਛ ਵੱਖਰਾ ਨਵਾਂਪਨ ਦੇਖਣ ਨੂੰ ਮਿਲੂਗਾ। ਗੁਰਪ੍ਰੀਤ ਸਿੰਘ ਜੀ ਇੰਸਾ ਕਹਿ ਰਹੇ ਆ, ਸਿਸਟਰ ਜੀ ਆਪ ਪੰਜਾਬੀ ਬਹੁਤ ਵਧੀਆ ਬੋਲਦੇ ਹੋ, ਗੁਰੂ ਇਸੇ ਤਰ੍ਹਾਂ ਮਿਹਰਬਾਨ ਮਿਹਰ ਬਣਾਈ ਰੱਖੇ। ਥੈਂਕ ਯੂ ਜੀ, ਤੁਹਾਨੂੰ ਵੀ ਵਾਹਿਗੁਰੂ ਖੁਸ਼ ਰੱਖੇ ਜੀ। ਵੈਲ ਵਿਸ਼ਰ ਸੰਧੂ ਇਹ ਕਹਿ ਰਹੇ ਆ ਕਿ ਹਾਂਡਾ ਜੀ ਤੁਹਾਨੂੰ ਇਨਬੋਕਸ 'ਚ ਸਰਦਾਰ ਅਤੇ ਮਰਦੀ ਦਾ ਪੋਸਟਰ ਸ਼ੇਅਰ ਕੀਤਾ ਸੀ, ਅਜੇ ਤੱਕ ਤੁਸੀਂ ਆਪਣੇ ਪੇਜ 'ਤੇ ਸ਼ੇਅਰ ਨਹੀਂ ਕੀਤਾ। ਹਾਂਜੀ, ਮੈਂ ਕਿਹਾ ਸੀਗਾ ਕਿ ਮੈਂ ਸਾਰਿਆਂ ਦੇ ਪੋਸਟਰ ਸ਼ੇਅਰ ਕਰਾਂਗੀ, ਪਰ ਮੈਨੂੰ ਮੈਂ 2 ਕੁ ਦਿਨ ਤਾਂ ਸਾਰਿਆਂ ਦੇ ਜਿੰਨੀ ਵੀ ਸਾਡੀ ਟੀਮ ਹੈਗੀ ਆ ਸਾਰਿਆਂ ਨੇ ਸ਼ੇਅਰ ਕੀਤੇ ਆ ਪੋਸਟਰ, ਪਰ ਫਿਰ ਉਦੋਂ ਬਾਅਦ ਗਾਣੇ ਦੇ ਵਿੱਚ ਥੋੜ੍ਹੇ ਜਿਹੇ ਰੁਝੇਵੇਂ ਜ਼ਿਆਦਾ ਹੋ ਗਏ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਕੰਸਨਟ੍ਰੇਟ ਕਰਨਾ ਪੈਂਦਾ। ਇਸ ਕਰਕੇ ਸਾਰਿਆਂ ਦੇ ਜਿਹੜੇ ਬੈਸਟ ਸੀਗੇ ਅਸੀਂ ਉਹ ਚੁਣੇ, ਕਿ ਅਸੀਂ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੋਸਟਰਸ ਬਣਾ ਕੇ ਭੇਜੇ ਆ, ਉਹ ਤੁਹਾਡਾ ਪਿਆਰ ਹੈ ਜੇ ਤੁਸੀਂ ਇੰਨੀ ਸਪੋਰਟ ਕਰਦੇ ਹੋ। ਬਹੁਤ ਸਾਰੇ ਮੈਨੂੰ ਪੋਸਟਰਸ ਮਿਲੇ ਆ, ਤੁਹਾਡੀ ਫੋਟੋਜ਼ ਮਿਲੀਆਂ, ਕਈ ਤਾਂ ਫੋਟੋਜ਼ ਵੈਸੇ ਹੀ ਭੇਜੀਆਂ ਹੋਈਆਂ, ਸਰਦਾਰ ਮੁੰਡੇ ਜੀ ਸਰਦਾਰ ਪੱਗਾਂ ਬੰਨੀਆਂ ਹੋਈਆਂ, ਪਰ ਅਸੀਂ ਪੂਰੀ ਟੀਮ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਪਹਿਲਾਂ ਪੋਸਟਰ ਬਣਾਏ ਤੁਹਾਡਾ, ਔਰ ਫਿਰ ਬਹੁਤ ਸੋਹਣੀਆਂ ਫੋਟੋਜ਼ ਤੁਸੀਂ ਭੇਜੀਆਂ, ਪਰ ਜਿਨ੍ਹਾਂ ਨੇ ਵਾਕਈ ਬਹੁਤ ਅੱਛੀ ਐਡਿਟ ਕਰਕੇ ਭੇਜੀਆਂ ਫੋਟੋਜ਼, ਜਾਂ ਉਹਨਾਂ ਨੇ ਵਾਕਈ ਹੀ ਸਪੈਸ਼ਲ ਐਫਰਟ ਕੀਤੇ ਆ, ਅਸੀਂ ਉਹਨਾਂ ਦੀ ਜ਼ਰੂਰ ਜਿਹੜੇ ਸਾਨੂੰ ਚੁਣਿੰਦਾ ਅਸੀਂ ਫੋਟੋਜ਼ ਸ਼ੇਅਰ ਕੀਤੀਆਂ, ਅਤੇ ਮਾਫ਼ੀ ਚਾਹੁੰਦੇ ਹਾਂ ਕਿ ਜਿਨ੍ਹਾਂ ਦੀ ਸ਼ੇਅਰ ਨਹੀਂ ਹੋ ਸਕੀਆਂ, ਕਿਸੇ ਵੀ ਰਾਹੀਂ ਅਸੀਂ ਉਹਨਾਂ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜੀਆਂ ਫੋਟੋਜ਼ ਇੱਥੇ ਨਹੀਂ ਸ਼ੇਅਰ ਹੋਈਆਂ, ਮੈਂ ਉਸ ਦਿਨ ਵੀ ਲਾਈਵ ਹੋ ਕੇ ਕਿਹਾ ਸੀਗਾ ਕਿ ਜਿਹੜੀਆਂ ਮੈਂ ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ ਨਹੀਂ ਸ਼ੇਅਰ ਕਰ ਪਾਊਂਗੀ, ਉਹ ਮੇਰੀ ਸਨੈਪਚੈਟ 'ਤੇ ਤੁਸੀਂ ਦੇਖ ਸਕਦੇ ਹੋ। ਉਹਦੇ ਲਈ ਮੈਂ ਸਨੈਪਚੈਟ ਦਾ ਆਪਣਾ ਇੱਕ ਵਾਰ ਮੈਂ ਆਪਣਾ ਕੋਡ ਵੀ ਇੱਥੇ ਸ਼ੇਅਰ ਕਰੂੰਗੀ ਤੁਹਾਡੇ ਨਾਲ ਸਨੈਪਚੈਟ ਦਾ, ਤਾਂ ਤੁਹਾਨੂੰ ਐਡ ਕਰਨਾ ਈਜ਼ੀ ਹੋ ਜਾਏਗਾ। ਬਾਕੀ ਥੈਂਕ ਯੂ, ਤੁਸੀਂ ਬਹੁਤ ਜ਼ਿਆਦਾ ਵਧੀਆ ਫੀਡਬੈਕ ਤੁਹਾਡੀ ਰਹੀ ਹੈ ਜੀ ਗਾਣੇ ਦਾ, ਚਾਹੇ ਉਹ ਪੋਸਟਰ ਹੀ ਸੀਗਾ, ਟਾਈਟਲ ਨੂੰ ਹੀ ਲੈ ਕੇ ਸਾਰੇ ਬਹੁਤ ਮੁੰਡੇ ਕਿ ਕੁੜੀਆਂ ਸਾਰੇ ਹੀ ਬਹੁਤ ਐਕਸਾਈਟਡ ਸੀਗੇ, ਅਤੇ ਜਦੋਂ ਪੋਸਟਰ ਆਇਆ ਤਾਂ ਬੇਤਹਾਸ਼ਾ ਤੁਸੀਂ ਪਿਆਰ ਦਿੱਤਾ ਜੀ, ਥੈਂਕ ਯੂ ਸੋ ਮੱਚ। ਅਤੇ ਬਾਕੀ ਹੁਣ ਕੱਲ੍ਹ ਨੂੰ ਗਾਣਾ ਰਿਲੀਜ਼ ਹੋਣਾ ਪੀਟੀਸੀ ਪੰਜਾਬੀ ਪੀਟੀਸੀ ਚੱਕ ਦੇ 1:30 ਵਜੇ, ਔਰ ਸੇਮ ਟਾਈਮ ਯੂਟਿਊਬ 'ਤੇ ਵੀ ਅਪਲੋਡ ਹੋ ਜਾਏਗਾ ਗਾਣਾ, ਤੁਸੀਂ ਉੱਥੇ ਵੀ ਦੇਖ ਸਕਦੇ ਹੋ। ਜਿਨ੍ਹਾਂ ਨੇ ਜਿਹੜੇ ਟੀਵੀ ਨਹੀਂ ਦੇਖ ਪਾਉਣਗੇ ਉਹ ਯੂਟਿਊਬ 'ਤੇ ਗਾਣੇ ਨੂੰ ਦੇਖ ਸਕਦੇ ਆ। ਜਸਪਾਲ ਸਿੰਘ ਕਹਿ ਰਿਹਾ, ਵਾਈ ਨੋਟ ਯੂ ਟਰਾਈ ਟੂ ਐਜ਼ ਹੀਰੋਇਨ। ਹੀਰੋਇਨ ਲਈ ਜੀ ਇਸ ਕਰਕੇ ਨਹੀਂ ਮੈਂ ਕਦੇ ਟਰਾਈ ਕੀਤਾ ਕਿਉਂਕਿ ਮੈਨੂੰ ਸ਼ੌਂਕ ਹੀ ਨਹੀਂ ਹੈ ਉਹਦੇ ਲਈ, ਬਸ ਮੈਨੂੰ ਤਾਂ ਗਾਉਣਾ ਹੀ ਆਉਂਦਾ, ਮੈਂ ਤਾਂ ਸਿਰਫ ਗਾਉਣ ਲਈ ਹੀ ਇਸ ਇੰਡਸਟਰੀ ਦੇ ਵਿੱਚ ਆਈ ਹਾਂ, ਅਤੇ ਮੈਂ ਬਸ ਗਾਉਣਾ ਹੀ ਹੈ ਜੀ, ਬਸ ਇਹੀ ਠੀਕ ਹੈ। ਰਾਜੂ ਹਰਚੰਦ, ਮੈਡਮ ਜੀ ਆਪਕੀ ਵੋਇਸ ਬਹੁਤ ਬੜੀਆ ਹੈ, ਦੀਨਾ ਨਗਰ ਆਏ ਸੀ। ਅੱਛਾ, ਜਦੋਂ ਤੁਸੀਂ ਦੀਨਾ ਨਗਰ ਆਏ ਸੀ ਬਹੁਤ ਵਧੀਆ ਵੋਇਸ ਸੀ, ਦੀਨਾ ਨਗਰ ਉਹ ਪਿਛਲੇ ਸਾਲ, ਹਾਂਜੀ ਹਾਂਜੀ ਦੀਨਾ ਨਗਰ ਜਦੋਂ ਅਟੈਕ ਵੀ ਹੋਇਆ ਸੀਗਾ ਉਸ ਤੋਂ ਥੋੜ੍ਹੇ ਕੁ ਦਿਨ ਬਾਅਦ, ਆਈ ਥਿੰਕ 25 ਕੁ ਦਿਨ ਬਾਅਦ, 20 ਦਿਨ ਬਾਅਦ, ਹਲੇ ਬਹੁਤ ਮਾਹੌਲ ਗਰਮ ਸੀਗਾ, ਅਤੇ ਆਈ ਥਿੰਕ 20 ਕੁ ਦਿਨ ਬਾਅਦ ਹੀ 10-15-20 ਦਿਨ ਬਾਅਦ ਉੱਥੇ ਸ਼ੋਅ ਸੀਗਾ ਸਾਡਾ, ਔਰ ਬੜਾ ਸਾਰੇ ਬੜਾ ਸੋਹਣਾ ਰਿਸਪੋਂਸ ਸੀਗਾ ਸਾਰਿਆਂ ਦਾ। ਘੈਂਟ ਸਰਦਾਰ 2 ਲਾਈਨਸ ਪਲੀਜ਼, ਇਹ ਘੈਂਟ ਸਰਦਾਰ ਇਹਨਾਂ ਦਾ ਨਾਮ ਹੈ, ਅਤੇ 2 ਲਾਈਨਸ ਕਿਹਦੀਆਂ ਤੁਸੀਂ ਕਹਿ ਰਹੇ ਹੋ ਮਾੜਾ ਇਹ ਦੱਸਿਓ, ਨਾਮ ਬੋਲ ਦਿਓ ਜੀ। ਸ਼ਾਬੀ ਬਾਜਵਾ, ਮੈਂ ਪਹਿਲਾਂ ਵੀ ਬੋਲਿਆ ਸੀਗਾ ਆਈ ਥਿੰਕ। ਸੋਨੂ ਗਿੱਲ, ਸਤਿ ਸ਼੍ਰੀ ਅਕਾਲ ਜੀ, ਜਸਟ ਵਾਂਟ ਟੂ ਨੋ ਠੀਕ ਠਾਕ ਹੋ ਸਾਰੇ, ਰੱਬ ਖੁਸ਼ ਰੱਖੇ ਸਾਰਿਆਂ ਨੂੰ, ਸਟੇ ਪੋਜ਼ੀਟਿਵ।
एग्जैक्टली स्टे पॉजिटिव, जब तुसी पॉजिटिव होने सब कुछ अच्छा होंदा। सो रब थानू भी खुश रखे जी। प्रीत कोचर पूरी एल्बम करो जी, नहीं तो सारे सिंगल्स जेडे टीसरीज ने रिलीज़ किए हैं उन्होंने एक एल्बम च बना के रिलीज़ करो। इदा करो प्रीत कोचर जी, पहला तुसी टाइम कढ़ो, खुला टाइम कढ़ो, तो जिहड़ियां चार एल्बम्स पहला आईया हुई उन्होंने सुनो चंगी तरह, तो जेडे 20-25 जेडे सिंगल्स आए हो बाद च वो तो मेरे ख्याल तुसी सुनी ले होणगे, क्योंकि जिन्हें भी फेसबुक ते इस वेले हैगे आ मोस्टली जिहड़ी अपना 2012-13 तो बाद फेसबुक का ज़्यादा क्रेज़ होया जी, और जिन्हें इस वेले सारे जेडे 90s और 2K तो बाद दे हैगे वो सारे फेसबुक ते हैगे आ, ते उन्हां नूं हुण मेरे ख्याल जदों दा सिंगल्स दा जमाना आया तां एल्बम्स वल कोई जांदा ही नहीं गा, सुन पता ही नहीं हैगा एक्चुअली कि पहलां किसे ने किन्ना काम कीता किन्ना नहीं कीता। सो दायरा जिहड़ा हैगा वो उन्ना कि सीमित हो गया, ते जिहड़ा कुछ फेसबुक ते दिख जांदा है जिहड़ा लिंक तुसीं फेसबुक ते देखदे हो तुसीं सोचदे हो कि उही आया, आईट्यून्स ते तुसीं साइन अप और साइन इन करो ते तुहानूं पता लगेगा कि रुपिंदर हांडा ने किन्ने के सिंगल कीते किन्नी के एल्बम्स कीतियां, थानू पता लगेगा। ज़्यादा तो हुण मैं की कहाँ, धर्मेंद्र सिंह गुड गुड थिंकिंग बट सोहना गाँवदे हो, पंजाबी सभ्याचार तुसी संभाल के रखिया, वाहेगुरु जी कृपा करने दई तरक्कियां करो। थैंक यू जी, कोशिश करते हाँ कि हमेशा वधिया काम करिए, और इदां दा वैसे कोशिश कोशिश भी नहीं करती एक्चुअली मैं, अपने आप ही हो रहा है क्योंकि सोच जदों इंसान की सोच जिदा नहीं होंगी उदा का ही वो कम करता, तो कोशिश तो वह होंगी है कि तुसी नहीं हो तो तुसी फिर कोशिश करते हो। मैं है ही इदा दी, मैं जो हैगी थोड़े सामने आ, मैं कोई फेकनेस कुछ नहीं हैगा, सो जो हैगी उदा का ही कम करती हाँ, जो नहीं कर सकती वो करती नहीं गी। मैं बहुत घट गाने आते हो बड़े घट साल च, मैं मुश्किल नाल 3-4 गाने करती हाँ, तो जिन्ने क करती हाँ वो रूह नाल करती हाँ। बाकी वाहिगुरु ने बहुत सोहना रंग बनया होया जी, बढ़िया सोहना टाइम हैगा, हर दिन हर पल इंजॉय करते हैं बहुत वधिया। मनदीप कौर बुटर, मेन गल तुसी अज दे अकॉर्डिंग अपने आप नू चेंज नहीं कीता, गुड। मैं हुण यही गल कह के हटी हाँ कि समा आउंदा चला जांदा है, ट्रेंड आउंदा है चला जांदा है, पर इंसान उही हुंदा। दो गल्लां हुंदियां, सोच नू ना चेंज करो, जो सोच अगर लैके चल रहे हो सोच नू बनाए रखो, पर कम समय दे मुताबिक करो कि समा किस तरह दा हैगा की डिमांड करदा, पर अपने दायरे दे विच रह के, तो मैं उही करदी रहनी हाँ। अच्छा जसपाल सिंह कह रहा कि तख्त पोश दी चाह वाली लाइन सुना दो, चाह बह के तख्त पोश ते पीने, हाँ जी जरूर। हो तो ले ली तू सरपंची सोकड़ वर्गी वे, हो तो ले ली तू सरपंची सोकड़ वर्गी वे, नित दा रूट बना ले थाने कोर्ट कचहरी, पिछों झगड़ी जावी केस पार्टी बाजी दे, पहला जोन जोगिया कर मुख्तियारी मेरी, लोकी खुश नहीं होने पल्लियों दे के छुट्टेगा, लोकी खुश नहीं होने पल्लियों दे के छुट्टेगा, ओ विच सियासत अपने बन जांदे ने वैरी, बह के तख्त पोश ते पीने आ चा तीज पैर दी टोला, बह के तख्त पोश ते पीने आ चा तीज पैर दी टोला, जेठ जठानी मोरे फुकरी बन जू मेरी हो। हाँ जी प्रदीप बिमरा कहिंदे बाय रोटी खा लो अज मैं बड़ी हौली जी बोल रही हाँ, तो कहें कि रोटी खा लो, पता नहीं इन्होंने किदा पता लग गया जी मैं रोटी नहीं खाधी। हाँ जी दीप पंधू उन्होंने ज्वाइन किया है, कुलदीप राजपूत अमन हांडा जी नाल बैठे है मेरे बड़े वीर जी, कुछ कहना चाहोगे वीर जी कुछ बोलो।
हाँ जी करो स्पोर्ट, इतने सरदार बंदा तुहानू फील कर रहा है। सरदारा ते कहना जी घेंट करो काम, हुण कल आ रहे हैं, सपोर्ट चाहिए पूरी घेंट। और मैं सपोर्ट नहीं कहूँगा, मैं तो कहूँगा कि ये तुहाडी होंद है जी, तुसीं अपनी होंद नू कायम रखना है, बस इदां ही। हाँ जी, बस जी अज लाइव होने का सिर्फ एक पर्पज सेगा कि कल नू गाना आ रहा सरदार ते मर्दी रिलीज हो रहा जी। मैं थोड़ी जी कर लवा माड़ा जहा एनर्जी ले आवा, मैं बड़ी स्लो बोल रही हाँ, मैनू भी लग रहा हूँ। कल नू 1:30 बजे पीटीसी चक दे, पीटीसी पंजाबी सारे ने तैयार रहना है। जिन्हें भी सरदार मुंडे आ उन्होंने तो उड़ीक बहुत ज़्यादा है, क्योंकि मेरा इंस्टाग्राम और फेसबुक इनबॉक्स भरिया पाया, बेशुमार थोड़े मैसेजेस आए हुए हैं, तो मैंने तो कहने की लोड़ ही नहीं हैगी। बाकी कुड़ियों का भी बहुत मैसेज आ रहे हैं, बाकी हूँ उड़ीक मैनू भी हैगी है कि कल 1:30 बजे की कल नू गाना रिलीज़ होंगे, तो की रिस्पॉन्स हैगा जी। तुम फीडबैक जरूर दियो अपनी, थोड़ा चंगा लग गया तो भी दस्यो, नहीं चंगा लग गया तो भी जरूर दस्यो। हाँ जी, प्रीत कोचर कह रहे हैं तुहाडी सारी ओरिजिनल सीरीज एल्बम्स मेरे, हानिया फुलकारियां, लविंग वेव्स, रिटर्न ऑफ रुपिंदर हांडा मेरे कोल है जी, तुहाडे सारी सॉन्ग्स मैं आईट्यून्स तो ही परचेज किए हुए आ। आई एम ओल्ड स्कूल गाय। अच्छा जी, एक मिनट, सी मोर हु लाइक फुल सीरीज ऑफ गुड आर्टिस्ट लाइक यू। थैंक यू सो मच प्रीत जी, सुन के मैनू खुशी हुई, क्योंकि हूँ जिदा फेसबुक इंस्टाग्राम और ये सारा माहौल चेंज कर रहा है, साड़ी पूरी पंजाबी म्यूजिक इंडस्ट्री, नॉट पंजाबी, सारे पासे, चाहे वो बॉलीवुड होए, क्योंकि पायरेसी बहुत ज़्यादा, पायरेसी के खिलाफ फिर भी बॉलीवुड च तो फिर भी कितने ना कितने एक शिकंजा उन्होंने कसया होया कि नहीं हो सकता, पर पंजाबी साढ़े अपने ही बंदे हैगे विचे वर के, वो जो आर्टिस्ट हैगा या कंपनीज हैगी उन्होंने ही बर्बाद कर रहे हैं, और कुछ अपनी जेबा भरन के लिए वो आर्टिस्ट नू और एक कलाकारी नू खत्म कर रहे हैं। क्योंकि इस तरह होंदा रहा तो मेरे ख्याल एक समा सीगा स्टूडियोज होंदे सी प्रॉपर, अज वो समा आ गया कि लोगों ने अपने घरां दे विच अपने रूम दे विच एक लैपटॉप खोलिया होया और उत्थे ही रिकॉर्डिंग हो रही है, उत्थे ही मिक्सिंग हो रही है, उत्थे सब कुछ हो रहा, मतलब कितने ना कितने पूरे बिजनेस दे उत्ते, पूरी इंडस्ट्री दे उत्ते इस चीज़ का इफेक्ट पिया। तो थोड़े वर्गे लोग होंगे तो अगर थोड़े वर्गी सोच होएगी लोगों की, तो कितने ना कितने फिर भी उम्मीद है कि इंडस्ट्री बच जाऊगी, अदरवाइज तो फिर कम औखा ही लग रहा जिस हिसाब नाल दिनों दिन उही गल है ना, ट्रेंड आता जाता, ट्रेंड आता जाता, कितने ना कितने उस चीज़ का बहुत बहुत ज़्यादा फर्क पिया। गोल्डी मिर्जा ये पूछ रहे हैं जी नवा गाना केड़ा है जी, सरदार ते मर्दी कल रिलीज़ हो रहा। बाकी बाकी तुसी पेज तो थानू सारी इन्फॉर्मेशन मिल जाएगी, तुसी पेज चेक कर सकते हो। साहिल सिंगला बड़े छेती नाराज़ होंदे सारे, कहिंदे नाम नहीं लै रहे तुसी मेरा, लो जी लै दिता। गुरनूर गुरी, हेलो मैम की हाल जी, बिल्कुल ठीक है जी। सतवंत सिंह उन्होंने ज्वाइन किया, रविंदर यार नाइस जी, मेरे फेवरेट सिंगर, थैंक यू। रमेश कुमार ये कह रहे हैं कि आहा गाना कल्ले सरदार ही देखणगे होर कोई नहीं। सरदार पंजाब की गल करिए तो पंजाब दे विच हर घर दे विच एक सरदार जरूर होंदा, सरदार फैमिलीज दे विच, सिख फैमिलीज दे विच, सिख फैमिलीज दे विच हर घर दे विच अगर 10 10 फैमिलीज है तो 10 दे विचों 8 दे विच, 8 घरां दे विच एक सरदार जरूर होगा। सो कुमार जी तुसी भी देखोगे, मैनू उम्मीद हैगी है तुसी जरूर देखोगे। सो जिहड़े पंजाबीयत नू प्यार करदे हो सारे देखणगे, बाकी गाने दा कोई ऐसा नहीं इशू हुंदा कि सरदार ते मर्दी टाइटल हैगा ते सरदारा लई ही गीत हैगा। बाकी मैं तो प्राउडली कहनी हाँ कि मैं गाने गाउनी हाँ सरदारा ते, और मैनू इस चीज़ ते प्राउड हैगा, होर कोई तो कोशिश भी नहीं करदा कि सरदारा ते गाना गा लीए। सो मैनू कुछ गिने चुने आर्टिस्ट सीगे जिदा
ਇੰਦਰਜੀਤ ਨਿੱਕੂ ਜੀ, ਆਪਣੇ ਰਵਿੰਦਰ ਗਰੇਵਾਲ ਜੀ, ਜਿਨ੍ਹਾਂ ਨੇ ਸਿੱਖੀ ਨੂੰ ਬਹੁਤ ਪ੍ਰਮੋਟ ਕੀਤਾ, ਸਰਦਾਰੀ ਨੂੰ ਐਕਚੁਅਲੀ ਬਹੁਤ, ਸਿੱਖੀ ਨਹੀਂ ਸਰਦਾਰੀ ਨੂੰ ਬਹੁਤ ਪ੍ਰਮੋਟ ਕੀਤਾ। ਔਰ ਕੁੜੀਆਂ ਦੇ ਵਿੱਚ ਤਾਂ ਮੈਨੂੰ ਲੱਗਦਾ ਹੀ ਨਹੀਂ ਕਿਸੇ ਨੇ ਕਦੇ ਕੋਈ ਸਰਦਾਰੀ ਤੇ ਗਾਣਾ ਗਾਇਆ ਹੋਊਗਾ। ਸੋ ਮੈਨੂੰ ਇਸ ਗੱਲ ਦਾ ਪ੍ਰਾਊਡ ਹੈ ਜੀ, ਇਸ ਗੱਲ ਤੇ ਕਿ ਮੈਨੂੰ ਮੇਰੇ ਮੈਂ ਇਸ ਤਰ੍ਹਾਂ ਦੇ ਗੀਤ ਗਾ ਰਹੀ ਹਾਂ। ਆਈ ਐਮ ਟੂ ਵੈਰੀ ਹੈਪੀ। ਸੋ ਸਤਿ ਸ਼੍ਰੀ ਅਕਾਲ ਸਿਸਟਰ, ਅਸੀਂ ਆਪਣੇ ਪੇਜ ਤੇ ਤੁਹਾਡੇ ਸਾਰੇ ਸੌਂਗ ਸ਼ੇਅਰ ਕਰਦੇ ਹਾਂ, ਹਾਸਿਆਂ ਦੀ ਪਟਾਈ। ਥੈਂਕ ਯੂ ਜੀ, ਥੈਂਕ ਯੂ, ਸਪੋਰਟ ਇਦਾਂ ਹੀ ਕਰਦੇ ਰਿਹਾ ਕਰੋ। ਬਹੁਤ ਵਧੀਆ, ਬਹੁਤ ਜ਼ਿਆਦਾ ਸੋਹਣੇ ਲੱਗਦੇ ਹੋ ਸਾਰਿਆਂ ਨੂੰ, ਮਾਤ ਪਾਉਂਦੇ ਹੋ ਮਨਪ੍ਰੀਤ ਮਨਦੀਪ ਬਾਦਲ। ਇਹ ਤੁਹਾਡੀ ਅੱਖ ਹੀ ਦੇਖਣ ਵਾਲੀ ਹੈਗੀ ਆ, ਬਾਕੀ ਠੀਕ ਹੈ ਜੀ। ਵਾਹਿਗੁਰੂ ਸਾਰਿਆਂ ਨੂੰ ਸੋਹਣਾ ਬਣਾਉਂਦਾ, ਇਹ ਤਾਂ ਸਿਰਫ ਇੱਕ ਅੱਖ ਦੇਖਣ ਵਾਲੀ ਹੁੰਦੀ ਹੈ ਅਤੇ ਸੀਰਤ ਹੁੰਦੀ ਹੈ, ਬਾਕੀ ਸਭ ਸੋਹਣੇ ਆ ਜੀ। ਮੈਂ ਬਹੁਤ ਐਕਸਾਈਟਿਡ ਸੀ, ਤੁਸੀਂ ਕਿਹਾ ਇਕੱਲੇ ਸਰਦਾਰਾਂ ਲਈ ਆ, ਮੈਂ ਨਹੀਂ ਕਿਹਾ ਇਹ ਕਿਸੇ ਦਾ ਕਮੈਂਟ ਹੈ। ਸ਼ੌਨਕ ਜੋਸ਼ੀ, ਹਾਂਜੀ, ਇਹ ਮੈਂ ਨਹੀਂ ਕਹਿ ਰਹੀ ਜੀ, ਕੋਈ ਕੁਮਾਰ ਜੀ ਸੀਗੇ, ਉਹਨਾਂ ਨੇ ਕਮੈਂਟ ਕੀਤਾ ਕਿ ਇਹ ਇਕੱਲੇ ਸਰਦਾਰ ਹੀ ਸੁਣਨਗੇ, ਹੋਰ ਕੋਈ ਨਹੀਂ ਸੁਣੇਗਾ। ਅਤੇ ਤੁਸੀਂ ਇਸ ਤਰ੍ਹਾਂ ਰੋ ਨਾ, ਤੁਸੀਂ ਐਕਸਾਈਟਮੈਂਟ ਆਪਣੀ ਇਸੇ ਤਰ੍ਹਾਂ ਹੀ ਰਹੋ। ਮੈਂ ਬਹੁਤ ਐਕਸਾਈਟਿਡ ਹਾਂ, ਤੁਸੀਂ ਵੀ ਸਾਰੇ, ਜਿਨ੍ਹਾਂ ਨੂੰ ਹੈਗੀ ਐਕਸਾਈਟਮੈਂਟ ਉਹ ਸਾਰੇ ਦੇਖਣਗੇ ਜੀ ਜ਼ਰੂਰ। ਜਸ ਚੀਮਾ, ਆਈ ਵਿਸ਼ ਗੁੱਡ, ਆਈ ਵਿਸ਼ ਕਿ ਤੁਹਾਡਾ ਸੌਂਗ ਸੁਪਰ ਹਿੱਟ ਹੋਏ ਵਰਲਡ ਵਾਈਡ। ਥੈਂਕ ਯੂ। ਮੈਨੂੰ ਪਤਾ ਜੀ, ਜਦੋਂ ਕੋਈ ਠੀਕ ਹੈ, ਗਾਣੇ ਤਾਂ ਆਉਂਦੇ ਹੀ ਰਹਿੰਦੇ ਆ, ਸਾਰੇ ਮੈਨੂੰ ਇਹੀ ਮੈਸੇਜ ਕਰ ਰਹੇ ਆ ਕਿ ਟੈਨਸ਼ਨ ਨਾ ਲਓ ਜੀ, ਅਸੀਂ ਤੁਹਾਡੇ ਸਾਰੇ ਨਾਲ ਆ ਜੀ, ਸਪੋਰਟ ਹੈ ਜੀ ਪੂਰੀ। ਮੈਨੂੰ ਬਿਲਕੁਲ ਇਸ ਗੱਲ ਦਾ ਤਾਂ ਕੋਈ ਦੋ ਰਾਏ ਹੈ ਹੀ ਨਹੀਂ ਕਿ ਤੁਸੀਂ ਨਹੀਂ ਹੈਗੇ, ਬਿਲਕੁਲ ਤੁਹਾਡੇ ਸਿਰ 'ਤੇ ਹੀ ਆਪਾਂ ਨੂੰ ਗਾਉਂਦੇ ਨੂੰ ਅੱਜ 10 ਸਾਲ ਹੋ ਗਏ। ਅਦਰਵਾਈਜ਼ ਤਾਂ ਅੱਜ ਕੱਲ੍ਹ ਤਾਂ 2-3 ਸਾਲ 'ਚ ਹੀ ਪੈਕਅਪ ਹੋ ਜਾਂਦਾ ਹੈ, ਗੋਲ ਗੋਲ ਹੋ ਕੇ ਹੋ ਜਾਂਦਾ, ਇਸੇ ਕਰਕੇ ਤੁਰੇ ਫਿਰਦੇ ਹਾਂ, ਅਤੇ ਇਸ ਤੁਹਾਡੇ 'ਤੇ ਕੌਨਫੀਡੈਂਸ ਹੈ ਮੈਨੂੰ। ਚੌਧਰੀ ਐਸ਼ਾ, ਪਲੀਜ਼ ਰਿਪਲਾਈ ਮੀ ਲਵ ਫਰੋਮ ਪਾਕਿਸਤਾਨ। ਸਾਰਿਆਂ ਨੂੰ ਸਲਾਮ ਵਾਲੇਕੁਮ, ਪਾਕਿਸਤਾਨ ਵਾਲੇ ਜਿੰਨੇ ਵੀ ਮੇਰੇ ਪੇਜ 'ਤੇ ਮੈਨੂੰ ਫੋਲੋ ਕਰਦੇ ਆ ਪਾਕਿਸਤਾਨ ਤੋਂ। ਔਰ ਇੱਕ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਪਾਕਿਸਤਾਨ, ਕਿਉਂਕਿ ਮੈਂ ਜਦੋਂ ਮੈਂ ਸਟਾਰਟ ਕੀਤਾ ਸੀਗਾ 2006 ਦੇ ਵਿੱਚ, ਉਸ ਵੇਲੇ ਪਾਕਿਸਤਾਨ ਤੋਂ ਮੇਰੀ ਫੈਨ ਫੋਲੋਇੰਗ ਬਹੁਤ ਸੀਗੀ ਔਰ ਮੈਨੂੰ ਬੜੇ ਫੋਨ ਆਉਂਦੇ ਸੀਗੇ, ਅੱਜ ਵੀ ਉਸੇ ਤਰ੍ਹਾਂ ਹੀ ਹੈਗੀ ਆ ਬਾਈ ਗੋਡ ਗ੍ਰੇਸ। ਪਰ ਉਸ ਵੇਲੇ ਮੈਸ ਇੱਕ ਜ਼ਰੀਆ ਹੁੰਦਾ ਸੀ ਫੋਨ ਦਾ, ਤਾਂ ਚਿੱਠੀਆਂ ਦਾ, ਉਸ ਵੇਲੇ ਲੈਟਰਸ ਬਹੁਤ ਜ਼ਿਆਦਾ ਆਉਂਦੇ ਸੀਗੇ ਉੱਥੋਂ ਦੀ ਮੇਰੇ ਕੋਲ, ਹਾਲੇ ਵੀ ਪਏ, ਮੈਂ ਕਿਸੇ ਦਿਨ ਤੁਹਾਡੇ ਨਾਲ ਸਾਰਿਆਂ ਨਾਲ ਉਹ ਸ਼ੇਅਰ ਕਰੂੰਗੀ, ਹਾਲੇ ਵੀ ਉਹ ਮੇਰੇ ਕੋਲ ਇੱਥੇ ਹੀ ਪਏ ਆ, ਪਰ ਹਾਲੇ ਆਪਾਂ ਲਾਈਵ ਬੈਠੇ ਹਾਂ ਅਤੇ ਮੈਂ ਤੁਹਾਨੂੰ ਫਿਰ ਕਿਸੇ ਦਿਨ ਦਿਖਾਊਂਗੀ ਉਹ ਲੈਟਰਸ ਮੇਰੇ ਕੋਲ, ਮੈਂ ਹਾਲੇ ਵੀ ਸਾਂਭ ਕੇ ਰੱਖੇ ਹੋਏ ਆ ਸਾਰਿਆਂ ਦੇ। ਅਤੇ ਮੈਨੂੰ ਫੋਨ ਬੜੇ ਆਉਂਦੇ ਹੁੰਦੇ ਸੀ ਪਾਕਿਸਤਾਨ ਤੋਂ, ਅਤੇ ਉਹ ਬਾਜੀ ਕਹਿੰਦੇ ਆ, ਬਾਜੀ ਕਹਿੰਦੇ ਆ ਨਾ ਭੈਣ ਨੂੰ, ਉਹ ਭੈਣ ਨੂੰ ਬਾਜੀ ਕਹਿੰਦੇ ਆ, ਔਰ ਉਹ ਬੜੀ ਅੱਛੀ ਫੀਲਿੰਗ ਹੈਗੀ ਆ, ਬਾਜੀ ਹਮ ਆਪਕੋ ਬਹੁਤ ਯਾਦ ਕਰਤੇ ਹਮ ਬਹੁਤ ਪਿਆਰ ਕਰਤੇ ਹੈ ਆਪਕੋ, ਯਹਾਂ ਪੇ ਸਭ ਆਪਕੇ ਗਾਨੋ ਕੋ ਬੜਾ ਪਿਆਰ ਕਰਤੇ ਹੈ। ਤੋ ਉਹਨਾਂ ਦੀ ਜਿਹੜੀ ਮਿਠਾਸ ਹੈ ਬੋਲੀ ਦੇ ਵਿੱਚ ਉਹ ਬੜੀ ਬਹੁਤ ਮਿੱਠੀ ਆ, ਅਤੇ ਆਪਾਂ ਤਾਂ ਅੱਜ ਕੱਲ੍ਹ ਸਾਰੇ ਹੀ ਆਪਣਾ ਪੰਜਾਬ ਕਿਸੇ ਹੋਰ ਪਾਸੇ ਹੀ ਤੁਰ ਪਿਆ, ਹੋਰ ਹੀ ਤਰ੍ਹਾਂ ਦੀ ਲੈਂਗੁਏਜ ਹੁੰਦੀ ਜਾ ਰਹੀ ਹੈ, ਉਹ ਮਿਠਾਸ ਦੀ ਕਮੀ ਹੁੰਦੀ ਜਾ ਰਹੀ ਹੈ, ਗੜਕਪਣਾ ਹੋਣਾ ਚਾਹੀਦਾ ਬੋਲੀ ਦੇ ਵਿੱਚ ਪਰ ਮਿਠਾਸ ਨਹੀਂ ਖਤਮ ਹੋਣੀ ਚਾਹੀਦੀ, ਉਹ ਚੀਜ਼ ਆਪਣੇ 'ਚ ਜ਼ਰੂਰ ਰੱਖਿਆ ਕਰੋ। ਚੱਕ ਦੇ ਫੱਟੇ ਪੈਣੇ ਪਿੰਡ ਦੇ ਗੇੜੇ ਵਰਗਾ ਗਾਣਾ ਕੱਢ ਕੋਈ, ਕੱਲ੍ਹ ਨੂੰ ਤਿਆਰ ਹੋ ਜਾਓ ਵੀਰੇ। ਜਸ ਚੱਜ, ਕੱਲ੍ਹ ਨੂੰ ਗਾਣਾ ਸੁਣ ਲਿਓ, ਇਹ ਗਾਣਾ ਚੱਕਵਾਂ ਹੀ ਆ, ਥੋੜ੍ਹਾ ਜਿਹਾ ਡਿਫਰੈਂਟ ਕੀਤਾ, ਪਰ ਮੈਂ ਹੁਣ ਕੁਛ ਨਹੀਂ ਦੱਸਣਾ, ਤੁਸੀਂ ਕੱਲ੍ਹ ਸੁਣਿਓ। ਮੈਂ ਦੱਸਣ ਲੱਗੀ ਸੀ ਵੀ ਕੀ ਡਿਫਰੈਂਸ ਹੈਗਾ ਪਹਿਲੇ ਵਾਲੇ ਗਾਣਿਆਂ ਅਤੇ ਹੁਣ ਵਾਲੇ ਗਾਣੇ ਦੇ ਵਿੱਚ ਕੀ ਡਿਫਰੈਂਸ ਹੈਗਾ, ਤੁਸੀਂ ਸੁਣੋਗੇ ਫਿਰ ਤੁਹਾਨੂੰ ਪਤਾ ਲੱਗੂਗਾ। ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, ਤੋਤਾ ਮੇਰਾ ਗੀਤ ਸੁਣਾ ਦਿਓ, ਸਪੇਨ ਤੋਂ ਦੇਖ ਰਹੇ ਹਾਂ ਜੀ, ਤੁਹਾਡੇ ਸਾਰੇ ਗੀਤ ਸੁਣਦੇ ਹਾਂ। ਬੰਟੀ ਜੀ ਹੈਗੇ ਆ, ਇਹ ਹੈਗਾ ਗਾਣਾ ਤੋਤਾ ਮੈਨਾ, ਤੋਂ ਵਿੱਚ ਇੱਕ ਵਰਡ ਆਉਂਦਾ, ਆਪਣੇ ਰਾਜ ਕਾਕੜਾ ਜੀ ਉਹਨਾਂ ਨੇ ਲਿਖਿਆ ਸੀ ਗਾਣਾ, ਇਹ ਅਸੀਂ ਰਿਕਾਰਡ ਕੀਤਾ ਸੀ 2006 ਦੇ ਵਿੱਚ ਪਹਿਲੀ ਐਲਬਮ 'ਚ ਮੇਰੀ ਹਾਣੀਆਂ ਦੇ ਵਿੱਚ, ਔਰ ਉਸ ਤੋਂ ਬਾਅਦ ਫਿਰ ਦੁਬਾਰਾ ਰਿਟਰਨ ਆਫ ਰੁਪਿੰਦਰ ਹਾਂਡਾ ਜਿਹੜੀ ਚੌਥੀ ਐਲਬਮ ਸੀ ਮੇਰੀ, ਉਹਦੇ ਵਿੱਚ ਅਸੀਂ ਦੁਬਾਰਾ ਰਿਕਾਰਡ ਕੀਤਾ ਇਹ ਗਾਣਾ ਨਵੇਂ ਮਿਊਜ਼ਿਕ ਦੇ ਵਿੱਚ। ਅਤੇ ਗਾਣੇ ਦੇ ਦੀਪਕਰਨ, ਤੁਸੀਂ ਕਦੋਂ ਆਉਣਾ ਕੈਨੇਡਾ? ਦੀਪਕਰਨ ਆਵਾਂਗੇ, ਛੇਤੀ ਆਵਾਂਗੇ। ਤੋਤਾ ਮੈਨਾ,
ਮੁੰਡਿਆ ਵੇ ਛੈਲ ਜਵਾਨਾ ਮਲਣਾ ਤੇਰੇ ਦਿਲ ਦਾ ਖਾਨਾ, ਮੁੰਡਿਆ ਵੇ ਛੈਲ ਜਵਾਨਾ ਮਲਣਾ ਤੇਰੇ ਦਿਲ ਦਾ ਖਾਨਾ, ਤੂੰ ਏ ਤੋਤਾ ਮੈਂ ਤੇਰੀ ਮੈਨਾ ਵੇ ਤੇਰੇ ਦਿਲ ਵਿੱਚ ਰਹਿਣਾ, ਬੋਲ ਤੂੰ ਕਿਰਾਇਆ ਕਿੰਨਾ ਲੈਣਾ ਵੇ ਤੇਰੇ ਦਿਲ ਵਿੱਚ ਰਹਿਣਾ, ਬੋਲ ਤੂੰ ਕਿਰਾਇਆ ਕਿੰਨਾ ਲੈਣਾ ਵੇ ਤੇਰੇ ਦਿਲ ਵਿੱਚ ਰਹਿਣਾ, ਦਿਲ ਵਿੱਚ ਰਹਿਣਾ, ਦਿਲ ਵਿੱਚ ਰਹਿਣਾ। ਸੋ ਆ ਗੀਤ ਸੀਗੇ ਜੀ ਉਹ ਤੋਤਾ ਮੈਨਾ ਵਾਲਾ। ਪਰਮਿੰਦਰ ਦਿਲ ਤੇਰੇ ਦਿਲ ਵਿੱਚ ਰਹਿਣਾ ਸੌਂਗ ਸੁਣਾ ਦਿਓ। ਹਾਂਜੀ ਪਰਮਿੰਦਰ ਜੀ ਸੁਣਾ ਦਿੱਤਾ। ਹੋ ਸਰਦਾਰ ਨਿਸ਼ਾਨ ਸਿੰਘ ਕਹਿੰਦੇ ਆ ਸਰਦਾਰ ਤੇ ਮਰਜ਼ੀ ਸੌਂਗ ਆਉਣ ਦਿਓ ਜੀ, ਵੀ ਆਰ ਵੇਟਿੰਗ, ਬਾਕੀ ਜੋ ਸੜਦਾ ਸੜੀ ਜਾਣ ਦਿਓ। ਠੀਕ ਹੈ ਜੀ, ਆਪਾਂ ਕਿਸੇ ਨੂੰ ਨਹੀਂ ਸਾੜਨਾ, ਸਾਰੇ ਖੁਸ਼ ਹੈ ਜੀ, ਬੜੇ ਐਕਸਾਈਟਿਡ ਹੈਗੇ ਗਾਣੇ ਦੇ ਲਈ ਕਿ ਗਾਣਾ ਆਊਗਾ ਜੀ ਕੱਲ੍ਹ ਨੂੰ। ਕੱਲ੍ਹ ਨੂੰ ਹੋ ਜਾਣਾ ਰਿਲੀਜ਼ PTC ਪੰਜਾਬੀ, PTC ਚੱਕ ਦੇ ਔਰ ਯੂਟਿਊਬ 'ਤੇ ਸਹੀ 1:30 ਵਜੇ, ਔਰ ਮੈਂ ਵੀ ਆਪਣੇ ਪੇਜ 'ਤੇ 1:30 ਕੁ ਵਜੇ, 3 ਕੁ ਮਿੰਟ ਇੱਧਰ ਉੱਧਰ ਹੋ ਸਕਦੇ ਆ ਜਦੋਂ ਮੈਨੂੰ ਲਿੰਕ ਮਿਲ ਜਾਏਗਾ। T-Series ਇਹਨੂੰ ਰਿਲੀਜ਼ ਕਰ ਰਹੀ ਹੈ ਜੀ, ਔਰ ਦੀਪ ਜੰਡੂ ਉਹਨਾਂ ਨੇ ਮਿਊਜ਼ਿਕ ਕੀਤਾ, ਗਿੱਲ ਰਾਂਤਾ ਉਹਨਾਂ ਨੇ ਲਿਖਿਆ ਗਾਣੇ ਨੂੰ, ਔਰ ਇਹਦੀ ਵੀਡੀਓ ਸੁਮਿਤ ਭਾਰਦਵਾਜ ਉਹਨਾਂ ਨੇ ਕੀਤੀ ਆ। ਸੋ ਪੂਰੀ ਟੀਮ ਨੇ ਬੜੀ ਮਿਹਨਤ ਕੀਤੀ ਆ, ਸਪੈਸ਼ਲੀ ਦੀਪ ਜੰਡੂ ਉਹਨਾਂ ਨੇ 2-2 ਆਡੀਓ ਬਣਾ ਕੇ ਦਿੱਤੇ ਮੈਨੂੰ ਇਹਦੇ। ਇੱਕ ਆਡੀਓ ਅਸੀਂ ਹੁਣ ਰਿਲੀਜ਼ ਕਰਾਂਗੇ, ਔਰ ਇੱਕ ਆਡੀਓ ਥੋੜ੍ਹੇ ਕੁ ਦਿਨਾਂ ਬਾਅਦ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੂੰਗੀ। ਉਹ ਇੱਕ ਡਿਫਰੈਂਟ ਸਟਾਈਲ ਦਾ ਆਡੀਓ ਹੈਗਾ, ਇਹ ਡਿਫਰੈਂਟ ਹੈਗਾ, ਸੋ ਕੁਛ ਨਾ ਕੁਛ ਨਵਾਂ ਹੈਗਾ। ਸੋ ਸਾਰਿਆਂ ਦਾ ਥੈਂਕ ਯੂ ਜਿਹੜੇ ਇਸ ਟੀਮ ਦੇ ਨਾਲ ਜੁੜੇ ਹੈਗੇ ਆ, ਦੀਪ ਜੰਡੂ, ਗਿੱਲ ਰਾਂਤਾ ਮੇਰਾ ਵੀਰ, ਅਤੇ ਸਪੈਸ਼ਲੀ ਸੁਮਿਤ ਭਾਰਦਵਾਜ, ਸਾਰਿਆਂ ਨੇ ਬੜੀ ਮਿਹਨਤ ਕੀਤੀ ਆ। ਆਈ ਹੋਪ ਕਿ ਤੁਹਾਨੂੰ ਚੰਗਾ ਲੱਗੂਗਾ ਗਾਣਾ। ਬਾਕੀ ਕੱਲ੍ਹ ਦੀ ਵੇਟ ਹੈ ਜੀ। ਸਿੰਘ ਦਲਜੀਤ ਸਿੰਘ ਖਾਲਸਾ ਕਹਿ ਰਹੇ ਆ ਕਿ ਮੈਮ ਪਲੀਜ਼ ਇੱਕ ਵਾਰ ਤਖਤਪੋਸ਼ ਜ਼ਰੂਰ ਸੁਣਾ ਦਿਓ। ਮੈਂ ਹੁਣੇ ਸੁਣਾ ਕੇ ਹਟਿਆ ਜੀ, ਜਦੋਂ ਤੁਸੀਂ ਸਾਰਾ ਲਾਈਵ ਦੇਖ ਲਓਗੇ ਤਾਂ ਦੁਬਾਰਾ ਫਿਰ ਇੱਕ ਵਾਰੀ ਤੁਸੀਂ ਸੁਣ ਸਕਦੇ ਹੋ ਉਹਨੂੰ। ਪਰਮਿੰਦਰ ਲਾਂਬਾ, ਪੰਜਾਬੀ ਮਾਂ ਬੋਲੀ ਨੂੰ ਇੱਦਾਂ ਹੀ ਪਿਆਰ ਕਰਦੇ ਰਹੋ ਜੀ। ਸੁਸ਼ੀਲ ਕੁਮਾਰ, ਲਵੀ ਬਰਾੜ, ਗਿੱਲ ਰੌਂਤਾ, ਸਿਰਾ ਬਾਈ, ਬਹੁਤ ਸੋਹਣੇ ਲਿਖਦੇ ਆ। ਹਾਂਜੀ ਗਿੱਲ ਰੌਂਤਾ ਜੀ, ਨਵ ਕੌਰ, ਤਖ਼ਤ ਕੁਛ ਸੁਣਾ ਦਿਓ ਜੀ। ਅਮੀਏਬਲ ਰੋਹਿਤ, ਸੁਣਾਂਗੇ ਵੀ ਅਤੇ ਸ਼ੇਅਰ ਵੀ ਕਰਾਂਗੇ ਮੈਮ, ਤੁਹਾਡੇ ਸੌਂਗ ਵਧੀਆ ਹੁੰਦੇ ਆ। ਥੈਂਕ ਯੂ ਜੀ। ਬਰਾੜ ਬਿੰਦਰ, ਮਾਈ ਫੇਵਰਟ ਸਿੰਗਰ, ਮੇਰੇ ਫੇਵਰਟ ਸਿੰਗਰ ਤੁਸੀਂ ਹੋ, ਸਿਰਾ ਅੱਤ ਘੈਂਟ ਸੌਂਗ ਹੁੰਦੇ ਆ ਜੀ, ਥੈਂਕ ਯੂ। ਜਸਪਾਲ ਸੈਣੀ, ਸੋ ਨਾਈਸ ਆਫ ਯੂ, ਬੈਸਟ ਆਫ ਲੱਕ ਫੋਰ ਸਰਦਾਰ ਅਤੇ ਮਰਦੀ, ਥੈਂਕ ਯੂ। ਕੌਰ ਸੰਧੂ, ਮੈਮ ਸਰਦਾਰਨੀ 'ਤੇ ਵੀ ਕੋਈ ਸੌਂਗ ਕਰਿਓ। ਹਾਂਜੀ ਮੈਂ ਸਰਦਾਰਨੀ ਪਰਟੀਕੁਲਰ ਇੱਕ ਵਰਡ 'ਤੇ ਤਾਂ ਨਹੀਂ ਮੈਂ ਕੀਤਾ, ਪਰ ਪੰਜਾਬਣ ਸਰਦਾਰਨੀ ਇੱਕੋ ਹੀ ਗੱਲ ਹੁੰਦੀ ਆ। ਸੋ ਕਾਫੀ ਸਾਰੇ ਗੀਤ ਮੈਂ ਕੀਤੇ ਆ ਜਿਨ੍ਹਾਂ 'ਚ ਸਾਨੂੰ ਆਖਦੇ ਪੰਜਾਬਣਾ, ਪੰਜਾਬ ਦੀਆਂ ਇੱਕ ਗੀਤ ਆ ਘੈਂਟ ਜੱਟੀਆਂ, ਇੱਕ ਗੀਤ ਅੱਗੇ ਆਊਗਾ ਉਹਦਾ ਨਾਮ ਹੀ ਹਲੇ ਮੈਂ ਤੁਹਾਨੂੰ ਦੱਸਦੀ ਕੀ ਹੋਊਗਾ, ਪਰ ਉਹ ਵੀ ਕੁੜੀਆਂ ਨੂੰ ਮੋਟੀਵੇਟ ਕਰਨ ਲਈ ਹੈਗਾ। ਕੁੜੀਆਂ ਜਿਹੜੀਆਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ ਜਾਂ ਬੜੀਆਂ ਗੱਲਾਂ ਹੁੰਦੀਆਂ, ਹਰ ਘਰ ਦਾ ਅਲੱਗ ਮਾਹੌਲ ਹੁੰਦਾ, ਤਾਂ ਕਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੀਆਂ ਕੁੜੀਆਂ, ਬਣਨਾ ਚਾਹੁੰਦੀਆਂ ਕੁਛ ਪਰ ਨਹੀਂ ਕੁਛ ਕਰ ਪਾਉਂਦੀਆਂ। ਸੋ ਉਹਨਾਂ ਕੁੜੀਆਂ ਨੂੰ ਡੈਡੀਕੇਟ ਕਰਾਂਗੀ, ਉਹਨਾਂ ਦੇ ਵਿੱਚ ਹੌਸਲਾ ਭਰਨ ਦੇ ਲਈ ਕੁਛ ਵੱਖਰਾ, ਕਿਉਂਕਿ ਕੁੜੀਆਂ ਦੀ ਗੱਲ ਮੈਂ ਹਮੇਸ਼ਾ ਪਹਿਲੀ ਐਲਬਮ ਤੋਂ ਲੈ ਕੇ ਹੁਣ ਤੱਕ ਕਰਦੀ ਆਈ ਹਾਂ, ਔਰ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਆ ਕਿ ਇਨਕਰੇਜ ਕਰਨ ਵਾਲੇ ਗੀਤ ਮੈਂ ਗਾਵਾਂ। ਸਾਨੂੰ ਆਖਦੇ ਪੰਜਾਬਣਾ, ਪੰਜਾਬ ਦੀਆਂ, ਮੋਹ ਅਤੇ ਪਿਆਰ ਵਾਲੇ ਹੜ ਜਿੱਥੇ ਹੜਦੇ, ਬਹੁਤ ਬਹੁਤ ਹੀ ਗਾਣੇ ਇਸ ਤਰ੍ਹਾਂ ਦੇ ਗਾਏ ਆ ਮੈਂ,
ਤੇ ਮੈਨੂੰ ਮੇਰੀ ਅੱਗੇ ਵੀ ਕੋਸ਼ਿਸ਼ ਹੈ ਕਿ ਮੈਂ ਇਸ ਤਰ੍ਹਾਂ ਦੇ ਗੀਤ ਕਰਦੀ ਰਹਾਂ। ਸਰਦਾਰੀ ਨੂੰ ਪ੍ਰਮੋਟ ਕਰਦੇ ਕਰੇਗਾ ਇਹ ਸੌਂਗ ਸਰਦਾਰ ਤੇ ਮਰਦੀ ਗੁੱਡ ਬੈਸਟ ਆਫ ਲੱਕ। ਜਦੋਂ ਕੋਈ ਸਰਦਾਰੀ ਵਾਲੇ ਸੌਂਗ ਆਉਂਦੇ ਆ ਸਾਨੂੰ ਪ੍ਰਾਊਡ ਫੀਲ ਹੁੰਦਾ। ਮਹਿਤਾਬ ਸਿੰਘ ਰੰਧਾਵਾ, ਥੈਂਕ ਯੂ ਜੀ। ਲਖਵੀਰ ਸਿੰਘ, ਨਾਈਸ ਲੱਕੀ ਜਰਮਨੀ, ਠੀਕ ਹੈ ਜੀ। ਮੂਵੀ ਕਦੋਂ ਕਰ ਰਹੇ ਹੋ? ਸ਼ਾਬੀ ਬਾਜਵਾ ਨੇ ਜੀ, ਮੇਰਾ ਕੋਈ ਵਿਚਾਰ ਨਹੀਂ ਹੈਗਾ ਮੂਵੀ ਕਰਨ ਦਾ, ਕਿਉਂਕਿ ਮੇਰਾ ਇੰਟਰਸਟ ਜਿਹੜਾ ਹੈਗਾ ਸ਼ੁਰੂ ਤੋਂ ਗਾਉਣ ਦੇ ਵਿੱਚ ਹੈਗਾ, ਸਿੰਗਿੰਗ ਦੇ ਵਿੱਚ ਹੈਗਾ, ਅਤੇ ਮੂਵੀਜ਼ ਦੇ ਵਿੱਚ ਗਾ ਜ਼ਰੂਰ ਰਹੀ ਹਾਂ, ਪਰ ਮੈਂ ਮੇਰਾ ਕੋਈ ਐਕਟਿੰਗ ਦਾ ਕੋਈ ਵਿਚਾਰ ਨਹੀਂ ਹੈਗਾ। ਜੇ ਕਦੇ ਸ਼ੌਕ ਜਾਗਿਆ ਫਿਰ ਕੁਛ ਕਹਿ ਨਹੀਂ ਸਕਦੇ, ਪਰ ਹਲੇ ਕੋਈ ਸ਼ੌਕ ਨਹੀਂ ਹੈਗਾ ਕਿ ਮੈਂ ਐਕਟਿੰਗ ਵੱਲ ਲਾਉਣਾ, ਹਲੇ ਸਿਰਫ ਗਾਉਣਾ। ਕਿਉਂਕਿ ਮੇਰੇ ਹਿਸਾਬ ਨਾਲ ਮੈਨੂੰ ਇਦਾਂ ਲੱਗਦਾ ਕਿ ਜਿਹੜਾ ਇੱਕ ਆਰਟਿਸਟ ਹੁੰਦਾ ਜੋ ਫਿਲਮਾਂ 'ਚ ਆ ਜਾਏ, ਉਹ ਸਿੰਗਿੰਗ ਵੱਲੋਂ ਵੀ ਜਾਂਦਾ, ਉਹ ਸਿੰਗਿੰਗ ਵੱਲੋਂ ਵੀ ਜਾਂਦਾ, ਅਤੇ ਐਕਟਿੰਗ 'ਚ ਤਾਂ ਉਹਦਾ ਵੈਸੇ ਹੀ ਨਹੀਂ ਕੁਛ ਬਣਦਾ। ਬੜੇ ਰੇਅਰ ਚਾਂਸਿਸ ਹੋਏ ਆ, ਬੜੇ ਰੇਅਰ ਸਾਡੇ ਆਰਟਿਸਟ ਹੋਏ ਆ ਜਿਹੜੇ ਜਿਹੜੇ ਵਾਕਏ ਹੀ ਆਪਣੇ ਆਪ ਨੂੰ ਪ੍ਰੂਵ ਕਰ ਸਕੇ ਕਿ ਅਸੀਂ ਗੁੱਡ ਐਕਟਰ ਹੈਗੇ ਹਾਂ। ਅਤੇ ਐਕਟਿੰਗ ਦਾ ਮਤਲਬ ਇੱਕ ਤਾਂ ਹੁੰਦਾ ਕਿ ਬੋਰਨ ਤੁਸੀਂ ਇੱਕ ਐਕਟਰ ਹੈਗੇ ਹੋ, ਤੁਹਾਡੇ ਵਿੱਚ ਹੀ ਉਹ ਕਲਾਕਾਰੀ ਆਈ ਹੈ ਕਿ ਤੁਸੀਂ, ਰੱਬ ਨੇ ਤੁਹਾਡੇ ਅੰਦਰ ਉਹ ਟੈਲੈਂਟ ਦਿੱਤਾ। ਪਰ ਕੁਛ ਆਉਂਦੇ ਆ ਕਿ ਜਿਹੜੇ ਟ੍ਰੇਨਿੰਗ ਲੈ ਕੇ ਆਉਂਦੇ ਆ, ਅਤੇ ਮੈਂ ਬੜੀ ਸ਼ੁਰੂ ਤੋਂ ਹੀ ਕਾਮ ਜਿਹੇ ਨੇਚਰ ਦੀ ਸੀਗੀ, ਜ਼ਿਆਦਾ ਹੁੜਦੰਗ ਨਹੀਂ ਆ ਮੈਂ ਮਚਾਇਆ ਕਦੇ। ਇੱਕ ਹੁੰਦਾ ਚੰਚਲ ਸੁਭਾਅ, ਮੇਰਾ ਉੱਦਾਂ ਦਾ ਸੁਭਾਅ ਨਹੀਂ ਸੀਗਾ, ਇਸ ਕਰਕੇ ਉਹ ਇੱਕ ਇੱਕ ਨੇਚਰ ਵੀ ਹੁੰਦੀ ਆ, ਤਾਂ ਮੈਂ ਕਦੇ ਐਕਟਿੰਗ ਵੱਲ ਕਦੇ ਗਈ ਨਹੀਂ, ਔਰ ਮੈਨੂੰ ਕਦੇ ਇਸ ਤਰ੍ਹਾਂ ਦਾ ਲੱਗਿਆ ਵੀ ਨਹੀਂ ਕਿ ਮੈਂ ਐਕਟਿੰਗ ਕਰ ਲਊਂਗੀ। ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੁੰਦੀ, ਪਰ ਸ਼ੌਂਕ ਨਹੀਂ ਹੈ ਕਿ ਐਕਟਿੰਗ ਵੱਲ ਆਵਾਂ, ਤਾਂ ਇਸ ਕਰਕੇ ਜੋ ਮੈਂ ਕੰਮ ਕਰ ਰਹੀ ਹਾਂ ਮੇਰੇ ਹਿਸਾਬ ਨਾਲ ਉਹ ਬਹੁਤ ਵਧੀਆ ਹੈਗਾ। ਔਰ ਰਿਸਪੈਕਟਿਵਲੀ ਜਦੋਂ ਮੈਨੂੰ ਲੱਗੂਗਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਦੂੰਗੀ ਉਸ ਦਿਨ ਕਿ ਬਸ ਜੀ ਇੱਥੋਂ ਤੱਕ ਤਾਂ ਸਾਡਾ ਸਾਥ ਸੀਗਾ, ਔਰ ਮੈਂ ਰਿਸਪੈਕਟਿਵਲੀ ਇਸ ਰਿਸਪੈਕਟ ਦੇ ਨਾਲ ਇਸ ਗਾਇਕੀ ਨੂੰ ਛੱਡ ਦੂੰਗੀ, ਜਿਸ ਦਿਨ ਮੈਨੂੰ ਇੱਦਾਂ ਲੱਗਿਆ ਕਿ ਬਸ ਹੁਣ ਮੈਂ ਨਹੀਂ ਕਰਨਾ। ਔਰ ਇਹ ਮੈਂ ਕਹਿ ਕੇ ਤੁਹਾਡੇ ਨਾਲ ਅਲਵਿਦਾ ਲਊਂਗੀ ਤੁਹਾਡੇ ਤੋਂ, ਜਿਸ ਦਿਨ ਮੈਂ ਛੱਡਿਆ। ਫਿਲਹਾਲ ਹਾਲੇ ਤਾਂ ਕੱਲ੍ਹ ਗਾਣਾ ਰਿਲੀਜ਼ ਹੋ ਰਿਹਾ, ਸੋ ਮੈਂ ਆਈ ਐਮ ਵੈਰੀ ਐਕਸਾਈਟਿਡ ਫੋਰ ਦ ਸਰਦਾਰ ਅਤੇ ਮਰਦੀ, ਕਿ 4 ਸਾਢੇ 4 ਮਹੀਨੇ ਬਾਅਦ ਆ ਰਿਹਾ ਗਾਣਾ, ਫਾਈਨਲੀ ਹੋ ਰਿਹਾ, ਕਿਉਂਕਿ ਮੈਨੂੰ ਦਸੰਬਰ ਦੀ ਮੈਂ ਰੌਲਾ ਪਾਇਆ ਹੋਇਆ ਸਰਦਾਰ ਅਤੇ ਮਰਦੀ ਆ ਰਿਹਾ, ਸਰਦਾਰ ਅਤੇ ਮਰਦੀ ਆ ਰਿਹਾ, ਕਿਉਂਕਿ ਕਾਫੀ ਚੀਜ਼ਾਂ ਹੁੰਦੀਆਂ, ਕੰਪਨੀ ਦੀ ਵੀ ਹੁੰਦੀ ਆ, ਸਾਡੀ ਪੂਰੀ ਟੀਮ ਦਾ ਵੀ ਹੁੰਦਾ, ਕੁਛ ਮੇਰਾ ਵੀ ਸੀਗਾ ਕਿ ਮੈਂ ਕੁਛ ਆਪਣੇ ਰੁਝੇਵਿਆਂ ਦੇ ਵਿੱਚ ਸੀਗੀ, ਕੁਛ ਮੈਂ ਠੀਕ ਨਹੀਂ ਸੀਗੀ, ਸ਼ੂਟ ਨਹੀਂ ਹੋ ਪਾ ਰਿਹਾ ਸੀਗਾ, ਅਤੇ ਇਸ ਕਰਕੇ ਹੁਣ ਜਦੋਂ ਸਾਰਾ ਕੁਛ ਸਹੀ ਹੋ ਗਿਆ, ਸੈੱਟ ਹੋ ਗਿਆ, ਅਤੇ ਫਿਰ ਹੁਣ ਆਪਾਂ ਫਾਈਨਲੀ ਗਾਣਾ ਜਿਹੜਾ ਹੈਗਾ ਉਹ ਰਿਲੀਜ਼ ਕਰ ਰਹੇ ਹਾਂ। ਗਾਣੇ ਸਭ ਘੈਂਟ ਹੁੰਦੇ ਤੁਹਾਡੇ, ਥੈਂਕ ਯੂ ਬਲਤੇਜ ਸਿੰਘ ਜੀ। ਮੈਂ ਤੁਹਾਡੇ ਕਰਕੇ ਹੀ ਫੇਸਬੁੱਕ ਚਲਾਉਂਦਾ ਜੀ, ਵੀ ਤੁਹਾਨੂੰ ਲਾਈਵ ਦੇਖ ਸਕਾਂ ਜੀ, ਕਿਉਂਕਿ ਤੁਹਾਡੀ ਆਈਜ਼ ਬਹੁਤ ਵਧੀਆ ਲੱਗਦੀਆਂ ਮੈਨੂੰ। ਥੈਂਕ ਯੂ ਤਲਵਿੰਦਰ ਗਰੇਵਾਲ ਜੀ। ਅੱਖਾਂ ਮੈਂ ਪਹਿਲਾਂ ਹੀ ਦੱਸਿਆ, ਅੱਖਾਂ ਦੇਖਣ ਵਾਲੀ ਦੀ ਵਧੀਆ ਹੁੰਦੀਆਂ, ਅਸੀਂ ਤਾਂ ਠੀਕ ਹੈ ਜੀ, ਰੱਬ ਨੇ ਸਭ ਨੂੰ ਸੋਹਣਾ ਬਣਾਇਆ, ਮੈਂ ਪਹਿਲਾਂ ਵੀ ਕਹਿ ਕੇ ਹਟੀ ਹਾਂ ਜੀ, ਸਭ ਨੂੰ ਸੋਹਣਾ ਬਣਾਇਆ, ਸਿਰਫ ਇੱਕ ਤੁਹਾਨੂੰ ਦੁਨੀਆਂ ਦੇ ਵਿੱਚ ਅਗਰ ਤੁਹਾਡੀ ਇੱਕ ਪਹਿਚਾਣ ਬਣਦੀ ਹੈ, ਤੁਹਾਡੇ ਕਰਮ ਹੁੰਦੇ ਆ, ਤੁਸੀਂ ਕੀ ਕਰ ਰਹੇ ਹੋ, ਕਿੰਨੀ ਕੁ ਮਿਹਨਤ ਕਰਦੇ ਹੋ, ਤੁਹਾਡੇ ਕਰਮ ਹੁੰਦੇ ਆ ਜਿਹੜੇ ਤੁਹਾਨੂੰ ਇੰਨਾ ਪਿਆਰ ਮਿਲਦਾ ਸਾਰਿਆਂ ਦਾ, ਔਰ ਇੰਨੀਆਂ ਅਸੀਸਾਂ ਮਿਲਦੀਆਂ, ਇਹ ਉਸ ਪਰਮਾਤਮਾ ਦੇ ਸ਼ੁਕਰਾਨਾ ਕਰਨਾ ਚਾਹੀਦਾ ਕਿ ਇੰਨਾ ਤੁਸੀਂ ਸਾਰੇ ਮੇਰੇ ਲਈ ਦੁਆਵਾਂ ਕਰਦੇ ਹੋ, ਥੈਂਕ ਯੂ ਸੋ ਮੱਚ। ਰੁਪਿੰਦਰ ਜੀ ਕੀ, ਸਰਦਾਰ ਨਵਦੀਪ ਸਿੰਘ, ਰੁਪਿੰਦਰ ਜੀ ਕੀ ਇਹ ਮੌਜੂਦਾ ਤੁਹਾਡੀ ਸਾਰੀਆਂ ਗਾਇਕਾਵਾਂ ਦੀ ਗਾਇਕੀ ਪੰਜਾਬ ਦੇ ਭਵਿੱਖ ਦਾ ਮਾਰਗਦਰਸ਼ਨ ਕਰਦੀ ਆ? ਦੇਖੋ ਇਹ ਪੰਜਾਬ ਦਾ ਮਾਰਗਦਰਸ਼ਨ ਤਾਂ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ ਹੋਊਗਾ, ਮਾਰਗਦਰਸ਼ਨ ਹਮੇਸ਼ਾ ਗਾਣੇ ਨਹੀਂ ਕਰਦੇ, ਗਾਣੇ ਕਦੇ ਵੀ ਨਹੀਂ ਕਰਦੇ, ਗਾਣੇ ਸਿਰਫ ਐਂਟਰਟੇਨਮੈਂਟ ਲਈ ਬਣਾਏ ਜਾਂਦੇ ਆ, ਪਰ ਮਾਰਗਦਰਸ਼ਨ ਦੀ ਅਗਰ ਗੱਲ ਕਰੀਏ ਤਾਂ ਮੈਂ ਤਾਂ ਅੱਜ ਤੱਕ ਇਹੋ ਜਿਹਾ ਕੋਈ ਗਾਣਾ ਨਹੀਂ ਗਾਇਆ ਕਿ ਅਸੀਂ ਕਿਸੇ ਨੂੰ ਗਲਤ ਰਾਹ ਪਾਇਆ ਹੋਊਗਾ। ਇਹ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ, ਗਾਇਕਾਵਾਂ ਵੀ ਬਹੁਤ ਨੇ ਜਿਨ੍ਹਾਂ ਨੇ ਵਾਕਈ ਹੁੜਦੰਗ ਮਚਾਇਆ ਹੋਊਗਾ, ਮੈਂ ਇਸ ਗੱਲ ਤੋਂ ਡਿਨਾਈ ਨਹੀਂ ਕਰਦੀ,
ਇਹ ਤੁਸੀਂ ਉਹਨਾਂ ਨੂੰ ਜਾ ਕੇ ਜ਼ਰੂਰ ਪੁੱਛੋ ਕਿ ਕੀ ਮਾਰਗਦਰਸ਼ਨ ਦਿੰਦੇ ਆ ਉਹ ਉਹਨਾਂ ਦੇ ਗਾਣੇ। ਬਾਕੀ ਆਪਾਂ ਨਾ ਤਾਂ ਕਿਸੇ ਨੂੰ ਭੜਕਾਉਂਦੇ ਆ, ਸੱਚਾਈ ਦੇ ਨੇੜੇ ਤੇੜੇ ਹਮੇਸ਼ਾ ਗਾਣੇ ਗਾਏ ਆ ਮੈਂ, ਜੋ ਆ ਕਿ ਰਿਐਲਿਟੀ ਬੇਸਡ ਹੁੰਦੇ ਆ, ਰਿਐਲਿਟੀ ਦੇ ਨੇੜੇ ਤੇੜੇ ਹੁੰਦੇ ਆ। ਐਵੇਂ ਨਹੀਂ ਕਿ ਹਵਾ ਦੇ ਵਿੱਚ ਤੁਸੀਂ ਛੱਡ ਦਿਓ ਅਤੇ ਬਸ ਗੱਲਾਂ, ਉਹ ਗੱਲਾਂ ਨਹੀਂ ਮੈਂ ਕਦੇ ਗਾਈਆਂ। ਅਤੇ ਮੇਰੀ ਹਮੇਸ਼ਾ ਇਹੀ ਰਹੂਗੀ ਕੋਸ਼ਿਸ਼ ਕਿ ਮੈਂ ਕਦੇ ਗਾਣੇ ਤੋਂ ਦੂਰ ਹੀ ਰਹਾਂ, ਜਿਨ੍ਹਾਂ ਜਿਨ੍ਹਾਂ ਦੇ ਕੋਈ ਸੈਂਸ ਹੀ ਨਹੀਂ ਬਣਦੀ ਦੂਰ ਦੂਰ ਤੱਕ, ਕੋਸ਼ਿਸ਼ ਇਹੀ ਰਹੇਗੀ ਮੇਰੀ। ਬਾਕੀ ਭਵਿੱਖ ਤਾਂ ਕਿਸੇ ਨੂੰ ਵੀ ਨਹੀਂ ਪਤਾ ਕਿ ਕੌਣ, ਕੋਈ ਨਹੀਂ ਕਿਸੇ ਦਾ ਬਣਾਉਂਦਾ, ਭਵਿੱਖ ਤਾਂ ਆਪੇ ਹੀ ਬਣਦਾ ਜੀ। ਇਕੱਲੇ ਇੱਕ ਆਰਟਿਸਟ ਦੀ ਸੋਚ ਨਾਲ ਨਹੀਂ ਭਵਿੱਖ ਬਣੇਗਾ ਪੰਜਾਬ ਦਾ, ਪੰਜਾਬ ਦੇ ਵਿੱਚ ਤੁਸੀਂ ਵੀ ਰਹਿੰਦੇ ਹੋ, ਹੋਰ ਵੀ ਬੜੇ ਦੁਨੀਆ ਰਹਿੰਦੀ ਹੈ, ਸਾਰਿਆਂ ਦੀ ਸੋਚ ਮਿਲੇਗੀ ਤਾਂ ਇੱਕ ਤੰਦਰੁਸਤ ਇੱਕ ਸੁਸਾਇਟੀ ਮਿਲੂਗੀ ਸਾਨੂੰ। ਤਾਂ ਸੁਸਾਇਟੀ ਬਣਾਉਣ ਦੇ ਵਿੱਚ ਹਮੇਸ਼ਾ ਸਾਰਿਆਂ ਦਾ ਹੱਥ ਹੁੰਦਾ, ਇਕੱਲੇ ਇੱਕ ਆਰਟਿਸਟ ਦਾ ਹੱਥ ਨਹੀਂ ਹੁੰਦਾ, ਮੇਰਾ ਇਹ ਮੰਨਣਾ ਜੀ। ਬਾਕੀ ਤੁਸੀਂ ਆਪ ਬਹੁਤ ਸਿਆਣੇ ਹੋ, ਤੁਹਾਡੇ ਦਰਸ਼ਨ ਹੋਏ ਜੀ, ਫਸਟ ਟਾਈਮ ਲਾਈਵ ਔਨ ਫੇਸਬੁੱਕ, ਕਮਲ ਪਾਲ ਵੈਲਕਮ ਜੀ, ਪਹਿਲੀ ਵਾਰ ਤੁਸੀਂ ਲਾਈਵ ਕਿਸੇ ਦਾ ਦੇਖ ਰਹੇ ਹੋ, ਥੈਂਕ ਯੂ। ਤੁਹਾਡੇ ਪਹਿਲਾਂ ਗਾਣਾ ਬਹੁਤ ਛੋਟਾ ਹੁੰਦਾ ਜਦੋਂ ਕੁੜੀਆਂ ਨੇ ਕਰਕੇ ਸੁਣਦੇ ਵਿੱਚ ਫਾਇਰ, ਉਹ ਭਲੇ ਮਾਨਸ ਤਲਵਿੰਦਰ ਗਰੇਵਾਲ, ਮੈਂ ਤੁਹਾਡਾ ਪਹਿਲਾ ਗਾਣਾ ਬਹੁਤ ਛੋਟੇ ਹੁੰਦੇ ਸੁਣਿਆ ਸੀ, ਜੋ ਉਹ ਕੁੜੀਆਂ ਨੇ ਕਰਤੇ ਸਕੋਡਾ ਵਿੱਚੋਂ ਫੈਰ, ਉਹ ਵੀਰੇ ਆ ਮੇਰਾ ਗਾਣਾ ਨਹੀਂ ਹੈਗਾ, ਅੱਖਾਂ ਖੋਲੋ ਮੜੀਆਂ ਜੀਆਂ, ਚੈੱਕ ਕਰੋ ਕੌਣ ਹੈ ਉਹ, ਮੈਂ ਤਾਂ ਇੱਦਾਂ ਦੇ ਗਾਣੇ ਉੱਦਾਂ ਹੀ ਨਹੀਂ ਗਾਉਂਦੀ, ਉੱਦਾਂ ਦੇ ਆਪਣਾ ਸੁਭਾਅ ਹੀ ਨਹੀਂ ਹੈਗਾ ਫੈਰ ਫੂਰ। ਮਨਵੀਰ ਸਿੰਘ ਸੰਧੂ, ਤੁਹਾਡੇ ਦਿਲ ਬਹੁਤ ਸਾਫ਼ ਹੈ, ਜੋ ਦਿਲ 'ਚ ਉਹੀ ਕਹਿ ਦਿੰਦੇ ਹੋ, ਇਹ ਸਭ ਤੋਂ ਵਧੀਆ ਗੱਲ ਆ। ਕਈਆਂ ਨੂੰ ਇਹ ਗੱਲ ਚੰਗੀ ਵੀ ਨਹੀਂ ਲੱਗਦੀ, ਤੁਹਾਨੂੰ ਚੰਗੀ ਲੱਗਦੀ ਹੈ, ਇਸ ਕਰਕੇ ਮੈਂ ਤੁਹਾਡੀ ਇਸ ਗੱਲ ਦਾ ਮਾਣ ਰੱਖਦੀ ਹਾਂ ਜੀ, ਮੈਂ ਐਕਸੈਪਟ ਕਰਦੀ ਹਾਂ, ਪਰ ਕਈਆਂ ਨੂੰ ਗੱਲ ਚੁੱਭਦੀ ਵੀ ਬਹੁਤ ਆ। ਰਜਤ ਜਾਂਗੜਾ, ਸਤਿ ਸ਼੍ਰੀ ਅਕਾਲ ਜੀ, ਮੈਂ ਸਾਰਾ ਦਿਨ ਆਪਕੇ ਗਾਣੇ ਗਾਤਾ ਔਰ ਸੁਣਤਾ ਰਹਿਤਾ ਹੂੰ, ਦੋਸਤ ਤੋ ਮੁਝੇ ਹਾਂਡਾ ਵੀ ਕਹਿਣੇ ਲੱਗਾ ਇਸ ਕਰਕੇ, ਠੀਕ ਹੈ, ਥੈਂਕ ਯੂ ਸੋ ਮੱਚ। ਇੱਦਾਂ ਦੇ ਫੈਨਸ ਔਰ ਇੱਦਾਂ ਦੇ ਸਪੋਰਟਰਸ ਨੂੰ ਸਾਰਿਆਂ ਨੂੰ ਲੋੜ ਹੁੰਦੀ ਆ, ਥੈਂਕ ਯੂ ਸੋ ਮੱਚ। ਸੌਂਗ ਸੁਣਾ ਦਿਓ ਜੀ, ਪਿੰਡ ਦੇ ਗੇੜੇ ਮਾਰਦਾ ਲੱਕੀ ਬੁੱਗੀ ਪੁਰੀਆ, ਜ਼ਰੂਰ ਸੁਣਾ ਦਿੰਦੇ ਹਾਂ ਜੀ। ਸ਼ਾਬੀ ਬਾਜਵਾ, ਅਗੇਨ ਸ਼ਾਬੀ ਬਾਜਵਾ, ਆਵਾਜ਼ ਪੰਜਾਬ ਦੀ ਤੋਂ ਤੁਹਾਡਾ ਫੈਨ ਆ ਜੀ, ਥੈਂਕ ਯੂ। ਰੋਹਿਤ ਸ਼ਰਮਾ, ਜਿਹੜਾ ਚੰਗਾ ਗਾਉਂਦਾ ਉਹੀ ਲੰਬਾ ਸੰਬਾ ਚੱਲਦਾ, ਲਾਈਕ ਮਨਮੋਹਨ ਵਾਰਿਸ, ਗੁਰਦਾਸ ਮਾਨ ਜੀ, ਕਮਲ ਹੀਰ ਜੀ, ਔਰ ਇਹ ਤਿੰਨਾਂ ਦੀ ਮੈਂ ਫੈਨ ਹਾਂ ਜਿਨ੍ਹਾਂ ਦਾ ਤੁਸੀਂ ਨਾਮ ਲਿਖਿਆ। ਔਰ ਅਗਰ ਕਿਸੇ ਅਗਰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਗਰ ਕੋਈ ਐਗਜ਼ਾਮਪਲ ਦੇਣਾ ਤੁਸੀਂ ਚੰਗੇ ਗੀਤਾਂ ਦੇ ਵਿੱਚ, ਤਾਂ ਉਹ ਹਾਂ ਬੰਦੇ ਹੈਗੇ ਆ, ਔਰ ਮੈਂ ਇਹਨਾਂ ਨੂੰ ਖੁਦ ਬਹੁਤ ਬਹੁਤ ਇਹਨਾਂ ਦਾ ਰਿਗਾਰਡ ਕਰਦੀ ਹਾਂ, ਔਰ ਵਾਕਈ ਇੱਕ ਅਸਲੀ ਕਲਾਕਾਰ ਇਹ ਲੋਕ ਹੈਗੇ ਆ, ਮੇਰਾ ਇਹਨਾਂ ਨੂੰ ਸਾਰਿਆਂ ਨੂੰ ਸਲਿਊਟ ਹੈ ਜੀ। ਸਾਹਿਲ ਸ਼ਰਮਾ, ਗੋਡ ਬਲੈਸ ਯੂਰ ਈਅਰ, ਥੈਂਕ ਯੂ। ਰਜਨੀਸ਼ ਕੌਰ, ਕੀ ਹੋਇਆ ਅਜੇ ਵੀ ਠੀਕ ਨਹੀਂ ਲੱਗਦੇ, ਸਟਿਲ ਲੁਕਿੰਗ ਲਿਟਲ ਸਿਕ, ਨੋ 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 ਨੋ, ਆਮ ਗੁੱਡ, ਬਿਲਕੁਲ ਠੀਕ ਹਾਂ ਮੈਂ ਹੁਣ, ਉਹ ਵੈਸੇ ਹੀ ਲੱਗ ਰਿਹਾ ਕਿਉਂਕਿ ਸਟ੍ਰੈਸ ਹੁੰਦਾ, ਇੱਕ ਦਿਨ ਪਹਿਲਾਂ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਸੋ ਬਿਟ ਸਟ੍ਰੈਸ, ਕੁਛ ਜ਼ਿਆਦਾ ਨਹੀਂ। ਆਵਾਜ਼ ਪੰਜਾਬ ਦੀ ਚੱਤ ਕਰਤੀ ਜੀ, ਫਿਰ ਸ਼ਾਬੀ ਬਾਜਵਾ, ਮੇਰੀ ਇਹਨਾਂ ਦੇ ਹੀ ਕਮੈਂਟ 'ਤੇ ਨਿਗਾਹ ਜਾਂਦੀ ਆ। ਅਰਪਿਤ ਸਚਦੇਵਾ, ਮੈਮ ਤੁਹਾਡੇ ਸੌਂਗਸ ਬਹੁਤ ਵਧੀਆ ਹੁੰਦੇ ਆ, ਪਲੀਜ਼ ਇੱਦਾਂ ਹੀ ਗਾਉਂਦੇ ਰਹੋ, ਥੈਂਕ ਯੂ, ਇੱਦਾਂ ਹੀ ਗਾਵਾਂਗੇ ਜੀ, ਬਿਲਕੁਲ। ਜੱਗਾ ਬਰੀਵਾਲ, ਬਹੁਤ ਤਰੱਕੀ, ਖੂਬ ਤਰੱਕੀ ਜੀ, ਥੈਂਕ ਯੂ। ਅਸੀਂ ਪਹਿਲੀ ਵਾਰ ਤੁਹਾਡਾ ਲਾਈਵ ਦੇਖ ਰਹੇ ਹਾਂ, ਬਹੁਤ ਵਧੀਆ ਲਾਈਵ ਆ, ਗੁਰਮੀਤ ਕਾਲੋ ਜੀ, ਥੈਂਕ ਯੂ। ਦੀਪ ਅਥੀ, ਕਮਲ ਪਾਲ, ਹਿੰਦੀ 'ਚ ਵੀ ਲਿਖਿਆ ਜੀ, ਗੋਬਿੰਦ ਸਿੰਘ ਬਿਸ਼ਟ, ਹਾਏ ਮੈਡਮ, ਕੈਸੇ ਹੋ ਆਪ, ਹਮ ਤੋ ਬਹੁਤ ਬੜੀਆ ਹੈ, ਆਪ ਕੈਸੇ ਹੈ, ਸੁਣਾਈਏ ਤੁਹਾਡੇ ਸੌਂਗਸ, ਔਰ ਆਵਾਜ਼ ਬਹੁਤ ਸਿਰਾ, ਸੱਚੀ ਜੀ, ਥੈਂਕ ਯੂ।
ਇਹ ਕੌਣ ਹੈਗੇ? ਮਨਵੀਰ ਸਿੱਧੂ ਜੀ। ਕਮਲ ਪਾਲ ਮੈਮ, ਤੁਸੀਂ ਅੱਜ ਬਹੁਤ ਸੋਹਣੇ ਲੱਗ ਰਹੇ ਹੋ। ਸ਼ਰਮਾ ਸਾਹਿਬ ਹੈ, ਸ਼ਰਮਾ ਸਾਹਿਬ ਸ਼ਰਮਾ ਜੀ ਤਾਂ ਮੈਂ ਦਿਖਾਈ ਨਹੀਂ, ਬੈਠੇ ਸੀ ਸਾਈਡ 'ਤੇ। ਅੱਛਾ, ਹਾਂਡਾ ਸਾਹਿਬ ਨਹੀਂ, ਸ਼ਰਮਾ 'ਚ ਵੀ ਬੈਠੇ ਸੀ, ਤੁਹਾਨੂੰ ਦਿਖਾਏ ਨਹੀਂ ਗਏ। ਦੀ ਯੂਅਰ ਬੈਸਟ ਜਸ਼ਨਦੀਪ ਕੌਰ, ਥੈਂਕ ਯੂ, ਥੈਂਕ ਯੂ। ਇੰਨੇ ਸਾਰੇ ਥੰਮਸ ਅਪ, ਹਾਰਟ ਆ ਰਹੇ ਆ, ਕਈਆਂ ਦੇ ਇੱਦਾਂ ਕਰਕੇ ਵੀ ਆ ਰਹੇ ਆ ਫੇਸਿਸ, ਉਹ ਇਹਨਾਂ ਦੇ ਆ ਰਹੇ ਆ ਜਿਨ੍ਹਾਂ ਦੇ ਮੈਂ ਨਾਮ ਨਹੀਂ ਲਏ। ਸੋ ਮੈਂ ਥੋੜ੍ਹੀ ਕੋਸ਼ਿਸ਼ ਕਰਦੀ ਹਾਂ ਕਿ ਸਾਰਿਆਂ ਦੇ ਨਾਮ ਲਵਾਂ। ਬੰਟੀ ਸੰਧੂ, ਸਤਿ ਸ਼੍ਰੀ ਅਕਾਲ ਜੀ, ਪੰਜਾਬ ਦੀਆਂ ਕੁੜੀਆਂ ਜਿਉਂਦੀਆਂ ਰਹਿਣ, ਬਾਬਾ ਜੀ ਸੁੱਖ ਰੱਖੇ, ਚੜ੍ਹਦੀ ਕਲਾ ਦੇ ਵਿੱਚ। ਥੈਂਕ ਯੂ ਜੀ ਸਾਰੀਆਂ ਕੁੜੀਆਂ ਦੇ ਲਈ, ਇੰਨੀਆਂ ਦੁਆਵਾਂ ਕਰਨ ਲਈ। ਪਿੰਕੀ ਮਨਪ੍ਰੀਤ ਚਾਹਲ, ਆਈ ਲਵ ਯੂਅਰ ਸਟਾਈਲ ਆਫ ਸਿੰਗਿੰਗ, ਯੂਅਰ ਆਊਟਫਿਟਸ ਐਂਡ ਮੇਕਅਪ ਇਨ ਐਵਰੀ ਵੀਡੀਓ, ਯੂਅਰ ਚੋਇਸਿਸ ਆਫ ਸੌਂਗਸ ਆ ਗ੍ਰੇਟ, ਪੂਰਾ ਮੂਡ ਬਣ ਜਾਂਦਾ ਹੈ ਡਾਂਸ ਕਰਨ ਦਾ। ਬੈਸਟ ਵਿਸ਼ਿਜ਼ ਫੋਰ ਸਰਦਾਰ ਅਤੇ ਮਰਦੀ, ਗੋਡ ਬਲੈਸ ਯੂ। ਥੈਂਕ ਯੂ, ਗੋਡ ਬਲੈਸ ਯੂ ਟੂ। ਜਗਤਾਰ ਸਿੰਘ ਖਾਲਸਾ ਜੀ, ਰੁਪਿੰਦਰ ਜੀ, ਅਸੀਂ ਤੁਹਾਨੂੰ ਆਵਾਜ਼ ਪੰਜਾਬ ਦੀ ਤੋਂ ਸੁਣ ਰਹੇ ਹਾਂ, ਬਹੁਤ ਹੀ ਚੰਗਾ ਲੱਗਦਾ ਅੱਜ ਤੁਹਾਨੂੰ ਇਸ ਮੁਕਾਮ 'ਤੇ ਦੇਖ ਕੇ। ਗੁੱਡ ਸਿੰਗਰ, ਥੈਂਕ ਯੂ। ਸਿੰਘ ਦਵਿੰਦਰ ਮੈਮ, ਮੇਰੀ ਫੈਮਿਲੀ ਵੱਲੋਂ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਖੁਸ਼ਹਾਲ ਜਮਸ਼ੇਰ, ਤੁਹਾਡੇ ਸੌਂਗਸ ਬਹੁਤ ਵਧੀਆ ਹੁੰਦੇ ਆ ਜੀ, ਥੈਂਕ ਯੂ। ਹਰਬੀਰ ਸਿੰਘ, ਅਪਕਮਿੰਗ ਸੌਂਗ ਕੁਸ਼ਚਨ ਮਾਰਕ, ਹਾਂਜੀ ਕੱਲ੍ਹ ਆ ਰਿਹਾ ਸਰਦਾਰ ਅਤੇ ਮਰਦੀ, ਡੋਂਟ ਮਿਸ ਇਟ, ਜ਼ਰੂਰ ਦੇਖਿਓ ਜੀ, 1:30 ਵਜੇ ਪਿਰਸੀ ਪੰਜਾਬੀ, ਪਿਰਸੀ ਚੱਕ ਦੇ ਐਂਡ ਯੂਟਿਊਬ। ਔਰ ਕੈਪਸ਼ਨ ਜਿਹੜਾ ਯੂਟਿਊਬ ਸਾਡੇ ਜ਼ਿਆਦਾ ਲਾਈਵ ਦਾ ਹੈਗਾ, ਉਹ ਤੁਸੀਂ ਦੇਖ ਸਕਦੇ ਹੋ, ਸਾਰਾ ਕੁਛ ਉਹਦੇ 'ਤੇ ਲਿਖ ਦਿੱਤਾ ਅੱਜ। ਚਲੋ ਜੀ, ਬਹੁਤ ਸਾਰੇ ਕਮੈਂਟਸ ਆ ਰਹੇ ਆ, ਸਾਰੇ ਮੇਰੇ ਤੋਂ ਪੜ੍ਹ ਵੀ ਨਹੀਂ ਹੋ ਰਹੇ। ਹਾਂ, ਪਲਵਿੰਦਰ ਸਿੰਘ ਹੰਜਰਾ, ਤੁਹਾਡੇ ਸੌਂਗ ਬਹੁਤ ਹੀ ਪਰਿਵਾਰਕ ਹੁੰਦੇ ਆ, ਇਸ ਕਰਕੇ ਇਸੇ ਤਰ੍ਹਾਂ ਦੇ ਸੌਂਗਸ ਗਾਓ ਜੋ ਪਰਿਵਾਰ ਵਿੱਚ ਬੈਠ ਕੇ ਸੁਣ ਸਕੀਏ। ਹਾਂਜੀ, ਜਿਹੜਾ ਕੱਲ੍ਹ ਸੌਂਗ ਆ ਰਿਹਾ, ਇਹ ਵੀ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਬੇਝਿਜਕ ਹੋ ਕੇ ਦੇਖ ਸਕਦੇ ਹੋ, ਸੁਣ ਸਕਦੇ ਹੋ, ਔਰ ਜ਼ਰੂਰ ਸਰਦਾਰ ਅਤੇ ਮਰਦੀ ਦੇਖਣਾ ਜੀ। ਕੁਲਵਿੰਦਰ ਸਿੰਘ ਹੰਜਰਾ, ਇਹਨਾਂ ਦਾ ਪੜ੍ਹ ਦਿੱਤਾ ਜੀ। ਹਰਬੀਰ ਸਿੰਘ, ਦ ਸਿੰਪਲਿਸਿਟੀ ਐਂਡ ਦ ਕਾਇੰਡ ਨੇਚਰ ਯੂ ਕੈਰੀ ਅਲੋਂਗ ਇਜ਼ ਵੈਰੀ ਰੇਅਰ ਟੂ ਗੈਟ, ਸੀਰੀਅਸਲੀ ਯੂਰ ਟਰੈਕ ਇਹ ਕਿਹੜਾ ਟਰੈਕ ਹੈ? ਇਹ ਤਾਂ ਮੈਨੂੰ ਵੀ ਨਹੀਂ ਪਤਾ, ਜ਼ਿੰਮੇਵਾਰੀ ਜ਼ਿੰਮੇਵਾਰੀ, ਇਹ ਮੇਰਾ ਟਰੈਕ ਤਾਂ ਨਹੀਂ ਆ। ਅੱਜ ਸਾਰਿਆਂ ਨੂੰ ਹੋ ਕੀ ਰਿਹਾ, ਮੇਰੀ ਇੱਕ ਮੈਨੂੰ ਇੰਨੇ ਗਾਣਿਆਂ ਦੇ ਓਨਰ ਕਿਉਂ ਬਣਾ ਰਹੇ ਹੋ? ਦੂਜਿਆਂ ਦੇ ਗਾਣਿਆਂ ਨੂੰ ਵੀ ਮੇਰਾ ਗਾਣਾ ਦੱਸ ਰਹੇ ਹੋ ਕਿ ਮੇਰੀ ਸ਼ਕਲ ਇੰਨੀ ਮਿਲਦੀ ਆ, ਲੋਕਾਂ ਦੀ ਸ਼ਕਲ ਮੇਰੇ ਨਾਲ ਇੰਨੀ ਮਿਲਦੀ ਆ। ਓਕੇ ਜੀ, ਕੋਈ ਗੱਲ ਨਹੀਂ, ਖੁਸ਼ ਰਹੋ ਜੀ ਸਾਰੇ, ਸਾਡੇ ਗਾਣੇ ਜ਼ਰੂਰ ਸੁਣਿਆ ਕਰੋ, ਹੋਰਾਂ ਦੇ ਵੀ ਸੁਣੋ, ਸਾਡੇ ਵੀ ਸੁਣੋ। ਯੂਅਰ ਆਸਮ, ਬਹੁਤ ਖੁਸ਼ੀ ਹੁੰਦੀ ਹੈ ਜਦ ਪੰਜਾਬ ਦੀ ਧੀ ਇੰਨੀ ਵਧੀਆ ਗਾਉਂਦੀ ਹੋਵੇ, ਮਾਣ ਹੈ ਤੁਹਾਡੇ 'ਤੇ। ਸੰਦੀਪ ਤੁਸਰ ਖਰੋੜ, ਥੈਂਕ ਯੂ। ਸ਼ਾਬੀ ਬਾਜਵਾ ਜੀ, ਖਾ ਲਾਂਗੇ ਰੋਟੀ, ਬਸ ਕਰੋ, ਹੁਣ ਇੰਨੇ ਕਮੈਂਟ ਕਰ ਰਹੇ ਹੋ, ਬਸ ਬਸ। ਜੀਨੂ ਚਾਹਲ, ਜੀਨੂ ਹੈਲੋ ਜੀ, ਮੈਂ ਤੁਹਾਡੀ ਬਹੁਤ ਟਾਈਮ ਤੋਂ ਫੈਨ ਹਾਂ, ਮੈਂ ਜਦੋਂ ਵੀ ਕੀਤਾ ਕਿਤੇ ਕਾਰ 'ਚ ਜਾਂਦੀ ਹਾਂ ਅਤੇ ਕਾਰ 'ਚ ਤੁਹਾਡੇ ਸੌਂਗ ਚੱਲਦਾ, ਕਿਤੇ ਕਿਤੇ ਮੇਰੇ ਹਸਬੈਂਡ ਨੂੰ ਗੁੱਸਾ ਆ ਜਾਂਦਾ, ਤੂੰ ਸਿਰਫ ਆਹੀ ਸੌਂਗ ਸੁਣਦੀ ਰਹਿੰਦੀ ਹਾਂ। ਓਕੇ ਜੀ, ਨਹੀਂ, ਹੋਰਾਂ ਦੇ ਵੀ ਸੁਣਿਆ ਕਰੋ, ਸਾਡੇ ਵੀ, ਮੈਂ ਹੁਣੇ ਕਹਿ ਕੇ ਹਟੀ ਹਾਂ ਵੀ ਹੋਰਾਂ ਦੇ ਵੀ ਸੁਣਿਆ ਕਰੋ, ਸਾਡੇ ਵੀ ਸੁਣਿਆ ਕਰੋ। ਰੁਪਿੰਦਰ ਜੀ, ਤੁਹਾਡੇ ਗਾਣੇ ਬਹੁਤ ਹੀ ਵਧੀਆ, ਬਸ ਇਸੇ ਤਰ੍ਹਾਂ ਸੇਵਾ ਕਰਦੇ ਰਹੋ, ਥੈਂਕ ਯੂ ਜੀ। ਸਰਬਜੀਤ ਸੰਧੂ ਜੀ, ਓਕੇ ਜੀ, ਤਖਤ ਪੋਸ਼ ਦੀ ਫਿਰ ਡਿਮਾਂਡ ਹੈ ਜੀ, ਲਾਸਟ ਪੈਰਾ ਪਲੀਜ਼ ਗਾ ਦਿਓ, ਕੋਈ ਓਲਡ ਸੌਂਗ ਸੁਣਾ ਦਿਓ। ਹਾਂਜੀ,
गाए गए सुहागनी दिल बागो बागनी माए तेरी लाडली दुलारी दा मैनू बड़ा चाए कल नू ब्याए बापू तेरी कन्या कुवारी दा गाए गए सुहागनी दिल बागो बागनी माए तेरी लाडली दुलारी दा मैनू बड़ा चाए कल नू ब्याए बापू तेरी कन्या कुवारी दा। ये गाना जी मेरा ही आ पहली एल्बम दे विच रिकॉर्ड कीता सीगा, मनप्रीत टिमाणा उन्हां दा लिखिया होया। और बहुत कुड़ियां जदों कुड़ी दा डोली च जदों कुड़ी नू बिठाउंदे आ तोरन दा वेला आउंदा है कुड़ी नू, इन्हां पाल पोस के जदों उहनू अलविदा कहिंदे आ, तो उस वेले दा गाना तो बड़ा इमोशनल जा गाना हैगा। जे थोड़ा टाइम लगे तो जरूर इहनू सुनियो। इहदा शायद यूट्यूब ते भी पिया होगा ते या आईट्यूज ते तां हैगा ही है। तो जदों भी किसी दा थोड़े सारिआं दे विचों टाइम लगदा जरूर सुनियो। डोली गाने दा नाम हैगा। सो मेरा अपना ही पुराना गाना है जो 10 साल पहला दा, तो मैं सुना दिता। रुपिंदर सिंह, रुपिंदर कौर जी, तुसी आप सोहणे हो ते तुहाडे सॉन्ग्स भी बहुत सोहणे हुंदे आ। थैंक यू जी। ओ माई गॉड, अच्छा रजनीश कौर कह रहे हैं कि ओ माई गॉड हाउ यू गेस, मैं इस गाने दी रिक्वेस्ट करनी है, दिमाग च गाना गाना आ ही नहीं रहा सीगा। ओ दिल नू दिल दी राह हुंदी आ, क्योंकि तुसी इन्ना प्यार करदे हो तो थोड़े दिल की आवाज़ इस दिल तक पहुँच गई, तो मैं थोड़ा गाना सुनाता। सो इन्नी क गल बमरा साहब करदा है किन्ना प्यार तेन, उम्मीद नहीं कि नहीं कि नहीं एक कर सुना चिरक दी फोटो। एक ही आ, एक कोई शायरी इन्होंने लिखी आ, एक बार रिप्लाई नहीं आया थोड़ा। आशीष अरोड़ा जी, दिल नहीं छड़ना, मैं थोड़ा नाम लेता। नरेंद्र बार जी, पिंड दे गेड़े पिंड दे गेड़े पिंड दे गेड़े पिंड दे गेड़े। ओके जी, मैम जी थोड़ा अज लाइव देखिया यूट्यूब ते, बहुत वधिया कर दे हो तुसी लाइव परफॉर्मेंस। एक्चुअली असं लाइव परफॉर्मेंस स्टेज ते करदे हो, यूट्यूब ते कोई पा दिंदा, कदे कोई पा दिंदा कदे कोई पा दिंदा, ते बाकी तुहानूं पसंद हैगा तां तुहाडा शुक्रिया जी। तुसी टाइम कढ के देखदे हो, थैंक यू सो मच। तख्तपोश च सरदार सी, तख्तपोश च सरदार सी तुहाडा हस्बैंड सी? ओ नहीं जी नहीं जी, असी हले सिंगल हाँ जी, असी हले बिल्कुल सिंगल हाँ। वो हस्बैंड नहीं, वो मॉडल सीगा जी मुंडा, ते होर भी गाणियां च आउंदा है मुंडा, की नाम है उहदा, रविंदर पनाग। तख्तपोश च भी सी, पिंड दे गेड़े च भी सीगा, रविंदर पनाग उहदा नाम है जी। ते हले मुंडा पढ़ रहा एग्रीकल्चर कॉलेज केड़ा हैगा जी, उत्थे किते पढ़ रहा, इन्ना क मैनूं पता। ते वधिया काम करदा, भोला जिहा मुंडा, शरीफ जिहा मुंडा, इन्ना क पता जी उहदे बारे। बोलदा घट आ, शूट ते आउंदा जद वी। सो दो गाणियां च साडे कीता जी। वो थोड़ी भी गलती नहीं है, तुसी क्योंकि उहदे च चूड़ा चाड़ा जिहा पाया होया तख्तपोश दे विच, ते ऐं लगदा, पर रियलिटी रियल लाइफ और रियल लाइफ दे विच बहुत फर्क हुंदा है। सो दोनों चीज़ां अलग अलग हुंदियां, जो दिखदा हुंदा नहीं है, वो सिर्फ एक एंटरटेनमेंट लई हुंदा, वो रियलिटी तो बहुत दूर हैगा जी। वो सिर्फ एक अपना असी परफॉर्म, वो अपनी परफॉर्मेंस दे रहे हैं, मैं अपनी परफॉर्मेंस दे रही हूँ, दैट्स इट। पर एक मिस्ट्री हुंदी है कि वो वाकई थोड़े दिलां च घर करदी है चीज़, थानू थोड़े दिल तक पहुँचती है जदों, यह मतलब कि असी उस चीज़ च कामयाब हुए हैं, थानू बिल्कुल रियल लग रही है। सो थैंक यू। बहुत सारिया गल्लां हो गई जी। ओए होए किड्डा वड्डा लाइव गिल रौनता आ गए वीर जी, आ गए, वेलकम वीर जी, वेलकम। इन्हां दा गाना लिखा जी गिल रौनता वीर दा, कहिंदे किड्डा वड्डा लाइव। अज वाकई लाइव गल्लां बातां करदे करदे पता ही नहीं लग्गा। अज मैं क्या भी अगे लाइव च आनी आ, सिर्फ ये हुंदा कि इन्फॉर्मेशन दित्ती, अपडेट कीता, ओके टाटा बाय। पर मैं क्या अज गल्लां करांगे, सारिआं दे कमेंट्स पढ़ूंगी, क्योंकि
ਬਹੁਤ ਸਾਰੀਆਂ ਫੋਟੋਜ਼ ਆਈਆਂ ਸੀ ਵੀਰੇ, ਮੈਂ ਕਿਹਾ ਵੀ ਉਹ ਸ਼ੇਅਰ ਨਹੀਂ ਹੋ ਪਾਈਆਂ, ਤਾਂ ਘੱਟੋ ਘੱਟ ਇੰਨਾ ਜ਼ਰੂਰ ਬਣਦਾ ਕਿ ਸਾਰਿਆਂ ਦੇ ਮੈਂ ਨਾਮ ਇੱਕ ਵਾਰੀ ਲਾਈਵ ਦੇ ਵਿੱਚ ਜ਼ਰੂਰ ਲਾਂ, ਪਰ ਜਿਨ੍ਹਾਂ ਦੇ ਰਹਿ ਗਏ ਪਲੀਜ਼ ਪਲੀਜ਼ ਉਹ ਬੁਰਾ ਨਾ ਮੰਨਿਓ। ਓਕੇ ਜੀ, ਗੁੱਡ ਨਾਈਟ ਜੀ, ਜਿਹੜੇ ਜਿਹੜੇ ਓਕੇ ਜਗਰਾਜ ਸੋਹੀ ਜੀ, ਤੁਹਾਨੂੰ ਤੁਹਾਡੇ ਕੁਐਸਚਨ ਦਾ ਜਿਹੜਾ ਆਂਸਰ ਮਿਲ ਗਿਆ, ਅਤੇ ਆਈ ਥਿੰਕ ਤੁਹਾਨੂੰ ਸਮਝ ਆ ਗਿਆ ਹੋਣਾ, ਅਤੇ ਸੋਨੂੰ ਤੁਹਾਡਾ ਨਾਮ ਵੀ ਲੈਤਾ ਜੀ। ਓਕੇ ਜੀ, ਓਕੇ, ਬਸ ਮੈਂ ਗਾਣੇ ਦੇ ਬਾਰੇ ਹੀ ਹੁਣ ਗੱਲ ਕਰੂੰਗੀ। ਵਰਿੰਦਰ ਗਿੱਲ, ਮੇਰੀ 7 ਈਅਰਸ ਦੀ ਬੇਟੀ ਹੈ ਜੀ, ਤੁਹਾਡੀ ਬਹੁਤ ਵੱਡੀ ਫੈਨ ਆ ਸਿਰਸਾ ਤੋਂ। ਅਗਰ ਦੇਖੋ ਕਮੈਂਟ ਦਾ ਨਾਮ ਬੋਲਦੇ ਹੋ, ਪ੍ਰਬਲੀਨ ਗਿੱਲ। ਹਾਂਜੀ, ਪ੍ਰਬਲੀਨ ਨੂੰ ਬਹੁਤ ਸਾਰਾ ਪਿਆਰ ਜੀ। ਮਨਜੀਤ ਸਿੰਘ ਸੁਰਖਾ, ਜਦੋਂ ਗਾਉਣ ਵਿੱਚ ਕੁੜੀਆਂ ਦੀ ਗੱਲ ਚੱਲਦੀ ਹੈ ਤਾਂ ਅਸੀਂ ਬਹੁਤ ਹੀ ਮਾਣ ਨਾਲ ਅਸੀਂ ਆਪਣੀ ਭੈਣ ਯਾਨੀ ਕਿ ਦੀਦੀ ਤੁਹਾਡਾ ਨਾਮ ਲੈਂਦੇ ਹਾਂ। ਥੈਂਕ ਯੂ ਵੀਰੇ, ਥੈਂਕ ਯੂ, ਵਾਹਿਗੁਰੂ ਖੁਸ਼ ਰੱਖੇ ਤੁਹਾਨੂੰ। ਯੂ ਆਰ ਟਰੂ ਸਿੰਗਰ ਵਿਦ ਮੈਕਸ ਆਫ ਪੰਜਾਬੀ ਕਲਚਰ, ਜੋਨੀ ਸਿੰਘ, ਥੈਂਕ ਯੂ। ਸੁਖਬੀਰ ਢਿੱਲੋਂ, ਹਾਏ ਸੁਖਬੀਰ, ਇਹ ਮੈਨੂੰ ਮੁੰਬਈ ਮਿਲੇ ਸੀਗੇ, ਅਸੀਂ ਆਈ ਥਿੰਕ ਪੁਣੇ ਗਏ ਸੀਗੇ ਸ਼ੋਅ 'ਤੇ, ਜਾਂ ਪੁਣੇ ਗਏ ਸੀਗੇ, ਔਰ ਇਹ ਮੈਨੂੰ ਸਪੈਸ਼ਲ ਮਿਲਣ ਲਈ ਆਏ ਸੀਗੇ। ਅਸੀਂ ਮੁੰਬਈ ਆ ਰਹੇ ਸੀਗੇ ਰਸਤੇ 'ਚ, ਇਹ ਮੇਰੇ ਨਾਲ ਕੰਟੈਕਟ ਦੇ ਵਿੱਚ ਸੀਗੇ, ਸੋ ਮੈਂ ਆਪਣੇ ਫਾਦਰ ਸਾਹਿਬ ਨਾਲ ਸੀਗੀ ਔਰ ਇਹ ਮੈਨੂੰ ਮਿਲੇ ਸੀਗੇ, ਅਤੇ ਹੁਣ ਮੈਂ ਵੀ ਜਦ ਆਈ ਮੈਂ ਤੁਹਾਨੂੰ ਜ਼ਰੂਰ ਮਿਲੂੰਗੀ ਸੁਖਬੀਰ, ਲੋਟਸ ਆਫ ਲਵ। ਭੁੱਲਦੀ ਨਹੀਂ ਮੈਂ ਇੱਦਾਂ, ਮੈਂ ਜਿਹਨੂੰ ਵੀ ਮਿਲਦੀ ਹਾਂ, ਕਿਉਂਕਿ ਬਹੁਤ ਰੇਅਰ ਚਾਂਸਿਸ ਹੁੰਦੇ ਆ ਇੱਦਾਂ ਦੇ ਕਿ ਓਕੇ ਜਿਨ੍ਹਾਂ ਨੂੰ ਯਾਦ ਰੱਖਦੇ ਹਾਂ। ਸੁਖਬੀਰ ਮੈਨੂੰ ਯਾਦ ਹੈ ਹਾਲੇ ਤੱਕ। ਓਕੇ ਜੀ, ਹੁਣ ਆਪਾਂ ਇੱਥੇ ਵਾਇੰਡ ਅਪ ਕਰਦੇ ਹਾਂ ਜੀ ਅੱਜ ਦੀ ਇਹ ਲਾਈਵ। 10,000 ਪੀਪਲ ਹੈਵ ਰੀਚਡ ਟੂ ਦਿਸ ਵੀਡੀਓ, 10,000 ਲੋਕਾਂ ਤੱਕ ਪਹੁੰਚ ਗਈ ਹੈ ਜੀ, ਅਤੇ ਹੁਣ ਬਸ ਕਰੀਏ ਫਿਰ। ਸੁਖਬੀਰ ਢਿੱਲੋਂ, ਹਾਂਜੀ ਬਿਲਕੁਲ ਜ਼ਰੂਰ ਮਿਲਾਂਗੇ। ਗਾਣਾ ਸੁਣਾ ਦਿਓ ਜੀ, ਗਾਣਾ ਸੁਣਾਉਂਦੇ ਹਾਂ ਜੀ ਸਰਦਾਰ ਅਤੇ ਮਰਦੀ, ਪਰ ਕੱਲ੍ਹ 1:30 ਵਜੇ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ, ਔਰ ਯੂਟਿਊਬ 'ਤੇ ਸਹੀ 1:30 ਵਜੇ ਗਾਣਾ ਖੁੱਲ੍ਹ ਜਾਏਗਾ, ਅਤੇ ਤੁਸੀਂ ਸਾਰਿਆਂ ਨੇ ਸੁਣਨਾ ਹੈ ਜੀ, ਸ਼ੇਅਰ ਕਰਨਾ ਹੈ, ਸਪੋਰਟ ਕਰਨਾ ਹੈ ਜੀ ਇਸ ਗਾਣੇ ਨੂੰ, ਔਰ ਆਈ ਹੋਪ ਮੈਨੂੰ ਹੋਰ ਕਹਿਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਸ ਤਰ੍ਹਾਂ ਦਾ ਰਿਸਪੋਂਸ ਮੈਨੂੰ ਤੁਹਾਡਾ ਮਿਲ ਰਿਹਾ, ਮੈਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ ਹੈਗੀ। ਸੋ ਕੱਲ੍ਹ ਦੀ ਮੈਨੂੰ ਵੇਟ ਹੈ ਜੀ ਬੇਸਬਰੀ ਦੇ ਨਾਲ, ਕੱਲ੍ਹ ਨੂੰ ਗਾਣਾ ਰਿਲੀਜ਼ ਹੋਊਗਾ 1:30 ਵਜੇ। ਗਿੱਲ ਰੌਂਤੇ ਵੀਰਾਂ ਨੂੰ ਪਹਿਲਾਂ ਵਧਾਈ, ਔਰ ਇੰਨਾ ਸੋਹਣਾ ਉਹਨਾਂ ਨੇ ਗਾਣਾ ਲਿਖਿਆ, ਹੋਰ ਵੀ ਇਨ ਫਿਊਚਰ ਗਾਣੇ ਕਰਾਂਗੇ ਕਾਫੀ ਸਾਰੇ, ਕਿਉਂਕਿ ਬਾਈ ਦੀ ਮੈਨੂੰ ਲਿਖਣੀ ਬਹੁਤ ਚੰਗੀ ਲੱਗਦੀ ਆ, ਸੱਚਾਈ ਦੇ ਬੜੇ ਨੇੜੇ ਆ, ਔਰ ਠੇਠ ਗੱਲਾਂ ਠਾ ਠਾ ਕਰਕੇ ਮੈਨੂੰ ਬਹੁਤ ਵਧੀਆ ਲੱਗਦੀਆਂ। ਪਰ ਇਹ ਗਾਣਾ ਮੇਰੀ ਚੋਇਸ ਸੀਗੀ ਕਿ ਮੈਂ ਕਿਹਾ ਥੋੜ੍ਹਾ ਜਿਹਾ ਮੁੰਡਿਆਂ ਖੁੰਡਿਆਂ ਵਾਲਾ ਗਾਣਾ ਕਰਾਂਗੇ ਆਪਾਂ ਐਤਕੀ, ਉਹਦੋਂ ਬਾਅਦ ਜਿਵੇਂ ਤੁਹਾਡਾ ਦਿਲ ਕਰੇ ਆਪਾਂ ਉਹ ਗਾਣੇ ਕਰਾਂਗੇ। ਸੋ ਆਹ ਗਾਣਾ ਜੀ ਤੁਹਾਡੇ ਸਾਰਿਆਂ ਦੇ ਲਈ, ਗਿੱਲ ਰੌਂਤੇ ਵੀਰ ਦਾ ਲਿਖਿਆ ਹੋਇਆ, ਸੁਮਿਤ ਭਾਰਦਵਾਜ ਉਹਨਾਂ ਨੇ ਵੀਡੀਓ ਕੀਤਾ, ਐਂਡ ਦੀਪ ਜੰਡੂ ਉਹਨਾਂ ਨੇ ਆਪਣਾ ਮਿਊਜ਼ਿਕ ਕੀਤਾ, ਔਰ ਟੀਸਰੀ ਇਹਨੂੰ ਰਿਲੀਜ਼ ਕਰ ਰਹੀ ਹੈ ਕੱਲ੍ਹ ਨੂੰ ਪੀਟੀਸੀ ਪੰਜਾਬੀ 'ਤੇ 1:30 ਵਜੇ, ਔਰ ਯੂਟਿਊਬ 'ਤੇ ਵੀ 1:30 ਵਜੇ। ਸੋ ਮਿਲਦੇ ਹਾਂ ਕੱਲ੍ਹ ਅਪਡੇਟ ਦੇ ਨਾਲ, ਆਈ ਹੋਪ ਤੁਹਾਨੂੰ ਜ਼ਰੂਰ ਪਸੰਦ ਆਊਗਾ। ਇਸੇ ਦੇ ਨਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਨਾਈਟ ਜੀ, ਔਰ ਸਾਰਿਆਂ 'ਤੇ ਵਾਹਿਗੁਰੂ ਇੱਦਾਂ ਹੀ ਮਿਹਰ ਭਰਿਆ ਹੱਥ ਰੱਖੇ, ਖੁਸ਼ ਰਹੋ ਜੀ ਸਾਰੇ, ਮੌਜਾਂ ਮਾਣਦੇ ਰਹੋ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।